ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਦਾਸ ਦਾ ਨਾਂ ਹਰਮਿੰਦਰ ਸਿੰਘ ਹੈ। ਸਾਡੇ ਪ੍ਰੋਗਰਾਮ ਦਾ ਨਾਂ ਹੈ ਟਿਪਸ ਫਾਰ ਗੁੱਡ ਲਾਈਫ, ਸੁਖੀ ਜੀਵਨ ਦੇ ਰਾਜ਼। ਇਹਨੂੰ ਜਿਹੜੇ ਇਹਦੇ ਜਿਹੜੇ ਹੈਗੇ ਨੇ ਨਿਰਦੇਸ਼ਕ, ਉਹਨੇ ਸਲਾਮ ਮੇਘਰਾਜ ਸਿੰਘ ਜੀ, ਜਿਹੜੇ ਬੜੀ ਸੇਵਾ ਕਰ ਰਹੇ ਨੇ ਤੁਹਾਡੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜੁੜ ਬੈਠੇ ਜਿੰਨੇ ਵੀ ਤੁਸੀਂ ਮਾਈ ਭਾਈ ਸਰਕਾਰਯੋਗ ਸੱਜਣ ਨੇ, ਸਾਰਿਆਂ ਨੂੰ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੀ ਆਇਆਂ। ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪਿਛਲੇ ਕੁਝ ਹਫ਼ਤਿਆਂ ਤੋਂ, 3-4 ਸੈਸ਼ਨ ਤੋਂ, ਅਸੀਂ ਖਾਲਸੇ ਦਾਈ ਦੇ ਸਿਰਜਣਾ ਦਿਵਸ ਦੇ ਉੱਤੇ ਗੱਲਾਂ ਬਾਤਾਂ ਕਰ ਰਹੇ ਹਾਂ, ਤੇ ਅੱਜ ਦਾ ਸਾਡਾ ਆਖਰੀ ਸੈਸ਼ਨ ਆ ਉਹਦੇ ਉੱਤੇ। ਇਹਦੇ ਉੱਤੇ ਚਾਹੇ ਇਤਿਹਾਸ ਦੇ ਪੰਨਿਆਂ ਤੇ ਝਾਤੀ ਮਾਰਦੇ ਹੋਈਏ, ਚਾਹੇ ਕਿੰਨੇ ਮਹੀਨੇ ਲਾ ਦਿਓ, ਪ੍ਰੋਬਬਲੀ ਦੇ ਆਰ ਐਂਡਲੈਸ। ਹਾਂਜੀ, ਇੰਨਾ ਕੁਛ ਖਾਲਸੇ ਦਾ ਇਤਿਹਾਸ ਅੱਜ ਦੇ ਬਾਰੇ ਅਸੀਂ ਜ਼ਿਕਰ ਕਰ ਸਕਦੇ ਹਾਂ। ਅਸੀਂ ਕੁਛ ਕੁਛ ਇਤਿਹਾਸ ਦੇ ਉਸ ਸੁਨਹਿਰੀ ਪੰਨਿਆਂ ਤੇ ਝਾਤੀ ਮਾਰੀ ਹੈ, ਤੇ ਅੱਜ ਆਖਰੀ ਸੈਸ਼ਨ ਦੇ ਵਿੱਚ ਅਸੀਂ ਗੱਲ ਫੇਰ ਕਰਨੀ ਹੈ ਬਈ ਖਾਲਸੇ ਦੇ ਜਿਹੜੇ ਉਹ ਰੱਬੀ ਗੁਣ ਸੀ, ਉਹ ਰੱਬੀ ਗੁਣਾਂ ਦੇ ਜਿੱਥੇ ਉਹਨਾਂ ਦਾ ਅਸੀਂ ਜ਼ਿਕਰ ਕਰਨਾ 1-2 ਮਿੰਟਾਂ ਦੇ ਵਿੱਚ, ਪਹਿਲੇ 2-4 ਮਿੰਟਾਂ ਦੇ ਵਿੱਚ, ਉਸ ਤੋਂ ਬਾਅਦ ਅਸੀਂ ਉਹਨਾਂ ਗੁਣਾਂ ਦੇ ਅਲੋਪ ਹੋਣ ਦੇ ਕੀ ਕਾਰਨ ਨੇ, ਤੇ ਉਹ ਅਲੋਪ ਹੋਣ ਦੇ ਕਾਰਨਾਂ ਨੂੰ ਅਸੀਂ ਉਹਨਾਂ ਨੂੰ, ਉਹ ਪੂਰੀ ਤਰ੍ਹਾਂ ਅਲੋਪ ਨਹੀਂ ਪਰ ਅਸੀਂ ਕਹਿੰਦੇ ਹਾਂ ਉਹ ਮੇਨ ਸਟ੍ਰੀਮ ਦੇ ਵਿੱਚ ਉੱਭਰ ਕੇ ਕਿਉਂ ਨਹੀਂ ਆ ਰਹੇ, ਉਹਨਾਂ ਨੂੰ ਮੁੜ ਸੁਰਜੀਤ ਕਰਨ ਦੇ ਲਈ ਸਾਨੂੰ ਕੀ ਜਦੋਜਹਿਦ ਘਾਲਣਾ ਤੇ ਕੀ ਕਰਨ ਦੀ ਲੋੜ ਆ, ਆਪਣੇ ਲੈਵਲ ਤੇ, ਪਰਿਵਾਰਕ ਲੈਵਲ ਤੇ, ਭਾਈਚਾਰਕ ਲੈਵਲ ਤੇ ਜਿਹੜਾ ਹੈ ਸੰਸਾਰ ਲੈਵਲ ਤੇ। ਹਾਂਜੀ, ਇਸ ਤਰ੍ਹਾਂ ਦੀਆਂ ਵਿਚਾਰਾਂ ਅੱਜ ਅਸੀਂ ਕਰਨੀਆਂ ਨੇ, ਤੇ ਪਹਿਲਾਂ ਝਾਤ ਮਾਰਾਂਗੇ ਕਵਿਤਾ ਦੇ ਨਾਲ, ਉਸ ਤੋਂ ਬਾਅਦ ਫਿਰ ਅਸੀਂ ਆਉਂਦੇ ਹਾਂ ਹਾਂਜੀ ਇਹਨਾਂ ਵਿਚਾਰਾਂ ਦੇ ਉੱਤੇ। ਇੱਕ ਵਾਰ ਫੇਰ ਸਾਰੇ ਮਾਈ ਭਾਈ ਦੇਸ਼ਾਂ ਵਿਦੇਸ਼ਾਂ ਜੁੜ ਬੈਠਿਆਂ ਨੂੰ ਅੱਜ ਦੇ ਇਸ ਪ੍ਰੋਗਰਾਮ ਵਾਇਸ ਆਫ ਮਾਨਵਤਾ ਦੇ TVN ਚੈਨਲ ਨਿਊਜ਼ ਦੇ ਪ੍ਰੋਗਰਾਮ ਟਿਪਸ ਫਾਰ ਗੁੱਡ ਲਾਈਫ, ਸੁਖੀ ਜੀਵਨ ਦੇ ਰਾਜ ਦੇ ਵਿੱਚ ਜੀ ਆਇਆ। ਵਾਰਮ ਵੈਲਕਮ ਹੈ ਜੀ, ਸਵਾਗਤ ਹੈ ਨਿੱਘਾ ਆਪ ਜੀ ਜੀ। ਤੇ ਸਭ ਤੋਂ ਪਹਿਲਾਂ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਕਰ ਰਹੇ ਹਾਂ ਕਵਿਤਾ ਦੇ ਦੌਰ ਦੇ ਰਾਹੀਂ, ਜਿਹਦੇ ਵਿੱਚ ਡਾਕਟਰ ਜਨਕ ਸਿੰਘ ਜੀ ਸਾਡੇ ਨਾਲ ਕਵਿਤਾ ਸ਼ੇਅਰ ਕਰਨਗੇ, ਉਸ ਤੋਂ ਬਾਅਦ ਡਾਕਟਰ ਇੰਦਰਜੀਤ ਸਿੰਘ ਜੀ ਵਾਸੂ ਕਵਿਤਾ ਲੈ ਕੇ ਆਉਣਗੇ, ਤੇ ਉਸ ਤੋਂ ਬਾਅਦ ਜਿਹੜਾ ਟੌਪਿਕ ਹੈ, ਮੈਂ ਆਲ ਸਟਾਰਟ ਵਿਦ ਡਾਕਟਰ ਆਪਣੇ ਪ੍ਰਿੰਸੀਪਲ ਧਰਮ ਸਿੰਘ ਹੋਣਾ ਜੀ ਤੋਂ, ਬਈ ਜਿਹੜੇ ਖਾਲਸੇ ਦੇ ਉਹ ਜਿਹੜੇ ਰੱਬੀ ਗੁਣ, ਉਹਨਾਂ ਨੂੰ 1-2 ਮਿੰਟਾਂ 'ਚ ਗੱਲਬਾਤ ਕਰਕੇ ਕਿਹੜੇ ਨੇ ਉਹ ਦੈਵੀ ਗੁਣ, ਤੇ ਗੁਣ ਉਹਨਾਂ ਦੇ ਉਹ ਕਿਉਂ ਅਲੋਪ ਹੋ ਰਹੇ ਨੇ ਸਾਡੀ ਸੋਸਾਇਟੀ ਦੇ ਵਿੱਚੋਂ, ਤੇ ਸਾਨੂੰ ਕੀ ਕਰਨ ਦੀ ਲੋੜ ਆ। ਉਧਰਲੇ ਪਾਸੇ ਆਵਾਂਗੇ, ਤੁਹਾਨੂੰ ਪਹਿਲਾਂ ਦੇਵਾਂਗੇ ਪ੍ਰਿੰਸੀਪਲ ਧਰਮ ਸਿੰਘ ਜੀ 8-10 ਮਿੰਟ ਕਵਿਤਾ ਦੇ ਸੈਸ਼ਨ ਤੋਂ ਬਾਅਦ, ਥੋਤੋਂ ਹੀ ਤੁਸੀਂ ਯੂ ਓਪਨ ਅਪ ਦੇ ਸਿੰਘ ਜੀ, ਇਹਦੇ ਇੱਥੇ ਤਿਆਰੀ ਕਰ ਲਓ ਤੁਸੀਂ। ਹਾਂਜੀ ਹਾਂਜੀ, ਡਾਕਟਰ ਜਨਕ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਸ਼ੁਰੂ ਕਰੋ ਜੀ ਕਵਿਤਾ ਦੇ ਨਾਲ। ਜਿਹੜੀ ਕਵਿਤਾ ਦਾ ਅਨੁਮਾਨ ਹੈ ਜੀ, ਪੰਜਾਬ ਦੇ ਟੋਟੇ। ਜੇਹਲਮ, ਚਨਾਬ, ਰਾਵੀ, ਬਿਆਸ, ਸਤਲੁਜ, ਪੰਜ ਨਦੀਆਂ ਮਿਲ ਪੰਜਾਬ ਸਜਾਇਆ। ਭਾਰਤ ਦਾ ਉੱਤਰ ਪੱਛਮੀ ਸ਼ਿੰਗਾਰ, ਵਸਣ ਦੂਰੋਂ ਹਰ ਕੋਈ ਆਇਆ। ਜੇਹਲਮ, ਚਨਾਬ, ਰਾਵੀ, ਬਿਆਸ, ਸਤਲੁਜ, ਪੰਜ ਨਦੀਆਂ ਮਿਲ ਪੰਜਾਬ ਸਜਾਇਆ। ਭਾਰਤ ਦਾ ਉੱਤਰ ਪੱਛਮੀ ਸ਼ਿੰਗਾਰ, ਵਸਣ ਦੂਰੋਂ ਹਰ ਕੋਈ ਆਇਆ। ਇਸ ਦੇ ਪਹਾੜਾਂ, ਵਾਦੀਆਂ, ਝੀਲਾਂ, ਦਰੇ, ਝਰਨਿਆਂ, ਕੁਦਰਤੀ ਨਜ਼ਾਰਿਆਂ ਦਾ ਮੇਲਾ ਲਾਇਆ। ਉਗਾ ਅੰਬਾਰ ਅਨਾਜ ਫਲਾਂ ਦੇ, ਦੇਸ਼ ਦੀ ਬ੍ਰੈਡ ਬਾਸਕਟ ਕਹਾਇਆ। ਇੱਥੇ ਅਣਖ ਅਮਨ ਆਜ਼ਾਦੀ ਖਾਤਰ ਰਚੇ ਇਤਿਹਾਸ ਬੇਪਨਾਹ ਕੁਰਬਾਨੀ ਦੇ, ਚਲਦੇ ਪ੍ਰਵਾਹ ਵੇਦ ਕਿਤੇਬ ਕੁਰਾਨ
ਤੇ ਗੁਰੂ ਗ੍ਰੰਥ ਦੀ ਬਾਣੀ ਦੇ ਵਾਹ ਵਾਹ ਜੀ ਵਾਹ। ਤੇ ਕਿਸੇ ਸੋਹਣੀ ਮਹੀਂਵਾਲ ਦੇ ਹੀਰ ਰਾਂਝੇ ਦੀਆਂ ਪ੍ਰੀਤਾਂ ਦੇ ਸੱਸੀ ਪੁੰਨੂ ਮਿਰਜ਼ਾ ਸਾਹਿਬਾਂ ਨਾਲ ਸਮਾਜ ਦੀਆਂ ਜ਼ੁਲਮੀ ਰੀਤਾਂ ਦੇ ਰਾਤ ਕਮਲਿਆਂ ਦੇ ਕਾਵਾਂ ਬਾਵਜੂਦ ਅਕਸਰ ਕੌਮਾਂ ਮਿਲਜੁਲ ਰਹੀਆਂ ਲੋਕ ਗੀਤਾਂ ਨਾਲ ਛਨਕਾਰ ਗਿੱਧੇ ਦੀ ਸਾਂਝੇ ਗੂੰਜਣ ਭੰਗੜੇ ਢੋਲ ਬੋਲੀਆਂ ਹੋਏ ਪੰਜਾਬ ਦੇ ਟੋਟੇ ਟੋਟੇ ਸਿਆਸੀ ਨਫ਼ਰਤ ਦਾ ਹੜ੍ਹ ਆਇਆ ਇਸ ਦੀਆਂ ਨਦੀਆਂ ਬਣੀਆਂ ਲੋਟੇ ਦੇਸ਼ ਨਿਰਦੇਈ ਵੰਡ ਨੇ ਟਾਇਆ ਕਦੋਂ ਆਏਗਾ ਸਮਾਂ ਐਸਾ ਹੋਏਗੀ ਵਿਤਕਰੇ ਦੀ ਖੰਡਨਾ ਕੌਮਾਂ ਦਾ ਵਧੇਗਾ ਮਿਲਵਰਤਨ ਮੁਕਾ ਧਰਤੀਆਂ ਦਾ ਜ਼ੁਲਮੀ ਵੰਡਣਾ ਕਦੋਂ ਆਏਗਾ ਸਮਾਂ ਐਸਾ ਹੋਏਗੀ ਵਿਤਕਰੇ ਦੀ ਖੰਡਨਾ ਕੌਮਾਂ ਦਾ ਵਧੇਗਾ ਮਿਲਵਰਤਨ ਮੁਕਾ ਧਰਤੀਆਂ ਦਾ ਜ਼ੁਲਮੀ ਵੰਡਣਾ ਖਾਲਸਾ ਵਾਹ ਜੀ ਥੈਂਕ ਯੂ ਜੀ ਥੈਂਕ ਯੂ। ਇਹ 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 ਸਮੇਂ ਦੀ ਮੰਗ ਹੈ ਖਾਲਸੇ ਦਾ ਜਨਮ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਰਾਕੇ ਦੇ ਜ਼ੁਲਮ ਤੇ ਅਤਿਆਚਾਰ ਦੇ ਵਿਰੁੱਧ ਗੱਲ ਕੀਤੀ ਨਾਲ ਮਨੁੱਖਤਾ ਦੇ ਵਿੱਚ ਪਿਆਰ ਦਾ ਭਲਾਈ ਦਾ ਇਕੁਆਲਿਟੀ ਦਾ ਰਿਸਪੈਕਟ ਦਾ ਉਹ ਜਿਹੜੇ ਖਾਲਸੇ ਦੇ ਦੈਵੀ ਗੁਣ ਵੀ ਨੇ ਨਾਲ ਉਹਦਾ ਮਹਾਰਾਜ ਨੇ ਸੰਦੇਸ਼ ਵੀ ਦਿੱਤਾ ਤੇ ਸੰਦੇਸ਼ ਨੂੰ ਦੇਖਿਆ ਬੇ ਸ਼ਾਂਤੀ ਦੇ ਨਾਲ ਪਿਆਰ ਦੇ ਨਾਲ ਸੇਵਾ ਦੇ ਨਾਲ ਸਦਭਾਵਨਾ ਦੇ ਨਾਲ ਨਹੀਂ ਇਹਦੀ ਇਹਦੀ ਇੰਤਹਾ ਹੋ ਚੁੱਕੀ ਹੈ ਇਹ ਨਹੀਂ ਚੱਲ ਰਹੀ ਸ਼ਾਂਤੀ ਦੇ ਨਾਲ ਤਾਂ ਫਿਰ ਉਹਨਾਂ ਨੇ ਕੋਈ ਫਿਰ ਤੇਗ ਦੇ ਮੁੱਠੇ ਨੂੰ ਹੱਥ ਪਾਉਣਾ ਵੀ ਮਹਾਰਾਜ ਨੇ ਵਾਜਬ ਕਿਹਾ। ਹੈਂਜੀ ਸੋ ਸਮੇਂ ਸਮੇਂ ਦੇ ਹਾਲਾਤਾਂ ਮੁਤਾਬਕ ਸਾਨੂੰ ਇਹ ਸੰਘਰਸ਼ ਦੇ ਲਈ ਸਦਾ ਹੀ ਜੂਝਦੇ ਰਹਿਣਾ ਚਾਹੀਦਾ ਹੈ। ਇਹੀ ਖਾਲਸੇ ਦਾ ਮੇਜਰ ਕਨਸੈਪਟ ਸੀ ਆਦਰਸ਼ਾਂ ਦਾ ਕਿਉਂਕਿ ਉਹ ਜਿਹੜੀ ਦਲੇਰੀ ਤੇ ਜੁਰਤ ਸੀ ਜਿਹੜੀ ਨਿਡਰਤਾ ਭਰੀ ਮਹਾਰਾਜ ਨੇ ਬਾਣੀ ਦੇ ਵਿੱਚੋਂ ਉਹ ਜਿਹੜਾ ਸਿੱਖੀ ਸਪਿਰਿਟ ਲੈ ਕੇ ਜਿਹੜਾ ਗੁਰੂ ਨਾਨਕ ਮਹਾਰਾਜ ਦਾ ਕਨਸੈਪਟ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸੰਪੂਰਨ ਕੀਤਾ ਉਹਦੇ ਤੇ ਅਸੀਂ ਝਾਤ ਮਾਰਾਂਗੇ। ਹਾਂਜੀ ਡਾਕਟਰ ਇੰਦਰਜੀਤ ਸਿੰਘ ਜੀ ਵਾਸੂ ਜੀ ਤੁਸੀਂ ਸੁਣਾਓ ਜੀ ਆਪਦੀ ਕਵਿਤਾ। ਇੱਕ ਕਵਿਤਾ ਹੈ ਛੋਟੀ ਜਿਹੀ, ਉਹਦਾ ਨਾਮ ਹੈ ਆਤਮ ਬਲ। ਹਾਂਜੀ ਇਹ ਜਿਹੜੀ ਕਵਿਤਾ ਉਹਨਾਂ ਸ਼ਕਤੀਆਂ ਨੂੰ ਸੰਬੋਧਨ ਹੈ ਜਿਹੜੀਆਂ ਖਾਲਸੇ ਨੂੰ ਮਿਟਾਉਣਾ ਚਾਹੁੰਦੀਆਂ ਨੇ, ਜਿਹੜੀਆਂ ਸਾਡੀ ਹੋਂਦ ਨੂੰ ਛੁਟਿਆਉਣਾ ਚਾਹੁੰਦੀਆਂ ਨੇ। ਇਹ ਉਹਨਾਂ ਅਧਿਕ ਸ਼ਕਤੀਆਂ ਕੋਈ ਤੇ ਦਿਸਦੀਆਂ ਨੇ, ਕੋਈ ਲੋਕਾਂ ਦੇ ਮਨ ਚ ਕਈ ਗੱਲਾਂ ਅਧਿਕ ਨੇ। ਮੈਂ ਉਹਨਾਂ ਨੂੰ ਸੰਬੋਧਨ ਕਰਕੇ ਆਪਣੇ ਆਤਮ ਬਲ ਦਾ ਜ਼ਿਕਰ ਕਰ ਰਿਹਾ। ਆਪਣੇ ਲਈ ਮੈਂ ਸ਼ਬਦ ਵਰਤੇ ਆ, ਮੈਂ ਜੋ ਹੈ ਉਹ ਮੇਰੀ ਹਸਤੀ ਦੇ ਵਿੱਚ ਜੋ ਇਤਿਹਾਸ ਨੇ, ਜੋ ਇਤਿਹਾਸ ਨੇ ਮੇਰੀ ਮੈਂ ਸਿਰਜੀ ਹੈ, ਜੋ ਮੈਨੂੰ ਬਣਾਇਆ ਹੈ ਇਤਿਹਾਸ ਨੇ, ਉਹ ਸ਼ਬਦ ਮੈਂ ਇਹਦੇ ਚ ਵਰਤਿਆ ਗਿਆ ਹੈ। ਠੀਕ ਹੈ ਜੀ, ਹਾਦਸੇ ਦੀ ਸਪਿਰਿਟ ਬਿਆਨ ਕਰ ਰਿਹਾ। ਮੈਂ ਜਿੰਦਾ ਸੱਚ ਹਾਂ, ਮੈਨੂੰ ਮਿਟਾਇਆ ਜਾ ਨਹੀਂ ਸਕਦਾ। ਮੈਂ ਰੋਸ਼ਨ ਲਾਲ ਸੂਰਜ ਹਾਂ, ਮੈਨੂੰ ਲੁਕਾਇਆ ਜਾ ਨਹੀਂ ਸਕਦਾ। ਮੈਂ ਨਿਰਭਉ ਦਾ ਪੁਜਾਰੀ ਹਾਂ, ਜਿਸ ਦੀ ਅਮਰ ਹੈ ਹਸਤੀ, ਕਿਸੇ ਵੀ ਹੋਰ ਹਸਤੀ ਤੋਂ ਮੈਨੂੰ ਡਰਾਇਆ ਜਾ ਨਹੀਂ ਸਕਦਾ। ਮੈਂ ਸਿਖਰਾਂ ਛੋਣ ਵਾਲਾ ਹਾਂ, ਮੈਂ ਸਿਖਰਾਂ ਛੋਣ ਵਾਲਾ ਹਾਂ, ਮੈਂ ਸੀਮਤ ਹੋਣ ਵਾਲਾ ਨਹੀਂ।
ਮੰਜ਼ਿਲ ਤੋਂ ਪਰੇ ਮੈਨੂੰ ਹਟਾਇਆ ਜਾ ਨਹੀਂ ਸਕਦਾ। ਮੈਂ ਪਰਵਾਨਾ ਹਾਂ, ਰੋਸ਼ਨ ਸ਼ਮਾ ਤੇ ਬਲਣਾ ਮੇਰੀ ਆਦਤ ਹੈ, ਮੈਨੂੰ ਨਾਲ ਭੂੰਡਾਂ ਦੇ ਰਲਾਇਆ ਜਾ ਨਹੀਂ ਸਕਦਾ। ਮੈਂ ਪਰਵਾਨਾ ਹਾਂ, ਮੈਨੂੰ ਨਾਲ ਭੂੰਡਾਂ ਦੇ ਮਿਲਾਇਆ ਜਾ ਨਹੀਂ ਸਕਦਾ। ਮੈਂ ਗਤੀਸ਼ੀਲ ਹਾਂ, ਇਤਿਹਾਸ ਦੇ ਕਈ ਰੁੱਖ ਮੋੜੇ ਨੇ, ਮੈਂ ਗਤੀਸ਼ੀਲ ਹਾਂ, ਇਤਿਹਾਸ ਦੇ ਕਈ ਰੁੱਖ ਮੋੜੇ ਨੇ, ਕਿਸੇ ਵੀ ਮੋੜ ਤੇ ਮੈਨੂੰ ਅਟਕਾਇਆ ਜਾ ਨਹੀਂ ਸਕਦਾ। ਮੈਂ ਇੱਕ ਰੂਪ ਹਾਂ, ਮੈਂ ਇੱਕ ਰੂਪ ਹਾਂ ਨਾਨਕ ਗੋਬਿੰਦ ਵਿਰਸੇ ਨਾਲ, ਮੈਂ ਇੱਕ ਰੂਪ ਹਾਂ ਨਾਨਕ ਗੋਬਿੰਦ ਵਿਰਸੇ ਨਾਲ, ਮੈਨੂੰ ਇਤਿਹਾਸ ਤੋਂ ਕਟਿਆ ਕਟਾਇਆ ਜਾ ਨਹੀਂ ਸਕਦਾ। ਅੜੇਗਾ ਨਾਲ ਜੋ ਮੇਰੇਗਾ ਮਰੇਗਾ, ਅੜੇਗਾ ਨਾਲ ਜੋ ਮੇਰੇ ਝੜੇਗਾ ਬੂੜ ਦੇ ਵਾਂਗੂ, ਅੜੇਗਾ ਨਾਲ ਜੋ ਮੇਰੇ ਝੜੇਗਾ ਬੂੜ ਦੇ ਵਾਂਗੂ, ਅੰਦਾਜ਼ਾ ਮੇਰੀ ਸ਼ਕਤੀ ਦਾ ਲਗਾਇਆ ਜਾ ਨਹੀਂ ਸਕਦਾ। ਉਹ ਜਿਸ ਦੀ ਸੋਚ ਹੈ ਹੀਣੀ, ਨਾ ਆਪਣੀ ਹੱਦ ਨੂੰ ਟੱਪੇ, ਵਚਨ ਉਸ ਆਸਰੇ ਵਾਸੂ ਵਸਾਇਆ ਜਾ ਨਹੀਂ ਸਕਦਾ। ਜਿਸ ਦੀ ਸੋਚ ਹੈ ਹੀਣੀ, ਨਾ ਆਪਣੀ ਹੱਦ ਨੂੰ ਟੱਪੇ, ਵਚਨ ਉਸ ਆਸਰੇ ਵਾਸੂ ਵਸਾਇਆ ਨਾ ਨਹੀਂ ਜਾ ਸਕਦਾ। ਮੈਂ ਜੀਂਦਾ ਸੱਚ ਹਾਂ, ਮੈਨੂੰ ਮਿਟਾਇਆ ਜਾ ਨਹੀਂ ਸਕਦਾ। ਮੈਂ ਰੋਸ਼ਨ ਲਾਲ ਸੂਰਜ ਹਾਂ, ਮੈਨੂੰ ਲੁਕਾਇਆ ਜਾ ਨਹੀਂ ਸਕਦਾ। ਵਾਹ ਜੀ ਵਾਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕਿਹਾ ਜੀ, ਬਿਊਟੀਫੁਲ ਹੈ। ਆਈ ਥਿੰਕ ਡਾਕਟਰ ਪ੍ਰਿੰਸੀਪਲ ਧਰਮ ਸਿੰਘ ਹੋਣਾਂ ਲਈ ਸਟੇਜ ਤਾਂ ਸੱਟ ਕਰ ਹੀ ਦਿੱਤੀ ਤੁਸੀਂ। ਜਿਹੜੇ ਖਾਲਸੇ ਦੇ ਜਿਹੜੇ ਗੁਣ ਨੇ, ਚਾਹੇ ਉਹ ਸੱਚ ਹੈ, ਨਿਰਭਉ ਹੈ, ਪ੍ਰਕਾਸ਼ ਰੂਪ ਹੈ, ਨਿਡਰ ਹੈ, ਚੜ੍ਹਦੀ ਕਲਾ ਵਾਲਾ ਹੈ, ਰੋਸ਼ਨ ਹੈ, ਸ਼ੇਰ ਹੈ, ਬੱਕਰੀ ਨਹੀਂ ਬਣਾਇਆ ਜਾ ਸਕਦਾ, ਤੇ ਨਾਲ ਕੀ ਦਾ ਰੂਪ ਕੀ ਹੈ? ਮਹਾਰਾਜ ਕਹਿੰਦੇ ਖਾਲਸਾ ਮੇਰਾ ਰੂਪ ਹੈ ਖਾਸ, ਭਾਈ ਨੰਦ ਲਾਲ ਜੀ ਦੇ ਸ਼ਬਦਾਂ ਵਿੱਚ, ਗੁਰੂ ਗੋਬਿੰਦ ਸਿੰਘ ਜੀ ਦੇ ਬਚਨਾਂ ਦੁਆਰਾ। ਤੇ ਇਹੀ ਤੁਸੀਂ ਕਹਿਤਾ ਵੀ ਰੂਪ ਹਾਂ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਦੇ ਵਿਰਸੇ ਦਾ, ਜੋ ਅੜੇਗਾ ਸੋ ਚੜੇਗਾ, ਹੈਂਜੀ, ਜਿੰਦਾ ਸੱਚ ਹੈ, ਮਿਟਾਇਆ ਨਹੀਂ ਜਾ ਸਕਦਾ। ਬਿਊਟੀਫੁਲ ਜੀ, ਥੈਂਕ ਯੂ। ਥੋੜੇ ਜਿਹੇ ਸ਼ਬਦਾਂ ਦੇ ਵਿੱਚ ਬੜਾ ਕੁਛ ਕਹਿਤਾ ਤੁਸੀਂ, ਆਹੀ ਕਵੀ ਡੀਆਂ ਉਡਾਣਾ ਹੁੰਦੀਆਂ ਨੇ। ਆਉਂਦੀਆਂ ਤੁਹਾਡੇ ਵੱਲ, ਹਾਂਜੀ ਪ੍ਰਿੰਸੀਪਲ ਧਰਮ ਸਿੰਘ ਜੀ, ਤੁਸੀਂ ਪਾਓ ਜੀ ਚਾਨਣਾ, ਸਾਨੂੰ ਦੱਸੋ ਖਾਲਸੇ ਦੇ ਉਹ ਗੁਣ, ਉਹ ਗੁਣਾਂ ਦੇ ਅਲੋਪ ਹੋਣ ਦੇ ਕਾਰਨ, ਤੇ ਸਾਨੂੰ ਮੁੜ ਸੁਰਜੀਤ ਕੀ ਕਰਨ ਦੀ ਲੋੜ ਹੈ? ਹੈਂਜੀ, ਤੁਹਾਡੇ ਕੋਲ 8-10 ਮਿੰਟ ਅਸੀਂ ਦਿੰਦੇ ਹਾਂ, ਤੁਸੀਂ ਬੰਨ ਦਿਓ ਸਾਰਾ ਇਹ, ਫਿਰ ਲੋਕਾਂ ਦੇ ਅਲੱਗ ਅਲੱਗ ਜਿਹੜੇ ਵਿਚਾਰ ਨੇ ਸਾਰੇ ਇੱਥੇ ਪਲੈਟਫਾਰਮ ਦੇ ਉੱਤੇ, ਉਹਨਾਂ ਦੇ ਲਵਾਂਗੇ ਜੀ। ਹਾਂਜੀ, ਠੀਕ ਹੈ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਡਾਕਟਰ ਜਨਕ ਸਿੰਘ ਜੀ ਤੇ ਡਾਕਟਰ ਵਾਸੂ ਜੀ ਕੋਲੋਂ ਕਵਿਤਾ ਸੁਣੀਆਂ, ਜਿਨ੍ਹਾਂ ਦੇ ਵਿੱਚ ਤੁਸੀਂ ਪਹਿਲੇ ਜ਼ਿਕਰ ਕਰ ਹੀ ਦਿੱਤਾ ਕਿ ਬਹੁਤ ਕਮਾਲ ਦੀਆਂ, ਬਹੁਤ ਸ਼ਾਨਦਾਰ, ਤੇ ਬਹੁਤ ਕੁਝ ਕਹਿ ਦਿੱਤਾ ਉਹਨਾਂ 'ਚ। ਜਿੱਥੋਂ ਤੱਕ ਖਾਲਸੇ ਦੇ ਗੁਣਾਂ ਦੀ ਗੱਲ ਆ, ਇਹ ਜੇ ਆਪ ਜੀ ਨੇ ਪੰਕਤੀਆਂ ਪੜ੍ਹ ਹੀ ਦਿੱਤੀਆਂ ਕਿ ਖਾਲਸਾ ਮੇਰਾ ਰੂਪ ਹੈ ਖਾਸ, ਜਿਹੜੀਆਂ ਗੁਰੂ ਦੀਆਂ ਖੂਬੀਆਂ, ਜਿਹੜੇ ਗੁਰੂ ਜੀ ਦੇ, ਸਤਿਗੁਰੂ ਜੀ ਦੇ ਆਪਣੇ ਗੁਣ ਸੀਗੇ ਸਾਰੇ, ਉਹਨਾਂ ਨੇ ਖਾਲਸੇ ਦੇ ਵਿੱਚ ਭਰੇ ਭਰੇ। ਤੇ ਉਹਨਾਂ ਦੇ ਵਿੱਚ ਸਭ ਤੋਂ ਪਹਿਲੀ ਗੁਣ ਜਿਹੜਾ, ਜਿੱਥੋਂ ਬਾਕੀ ਸਾਰੇ ਗੁਣ ਅੰਦਰ ਆਉਣੇ ਨੇ, ਉਹ ਆ ਸਿਮਰਨ, ਉਹ ਆ ਕਰਤੇ ਪੁਰਖ ਵਾਹਿਗੁਰੂ ਜੀ ਦੇ ਭਾਣੇ ਦੇ ਵਿੱਚ ਰਹਿਣਾ, ਉਹਦੇ ਸਿਮਰਨ ਵਿੱਚ, ਉਹਦਾ ਸਿਮਰਨ ਹੀ ਉਹਦੇ ਗੁਣਾਂ ਨੂੰ ਧਾਰਨ ਕਰਨਾ ਆਪਣੇ ਜੀਵਨ ਦੇ ਵਿੱਚ।
ਤੇ ਇੱਥੋਂ ਹੀ ਸਿੱਖ ਦੇ ਜੀਵਨ ਦੀ ਸ਼ੁਰੂਆਤ ਹੁੰਦੀ ਆ। ਅੰਮ੍ਰਿਤ ਵੇਲੇ ਤੋਂ ਦਿਨ ਦੀ ਸ਼ੁਰੂਆਤ ਵੀ ਸੇਵਾ ਸਿਮਰਨ ਤੋਂ ਹੁੰਦੀ ਆ, ਬਾਣੀ ਪੜ੍ਹਨ ਤੋਂ ਹੁੰਦੀ ਆ, ਤੇ ਉਹਦੇ ਤੋਂ ਹੀ ਸਾਨੂੰ ਸਾਰੇ ਗੁਣ ਪ੍ਰਾਪਤ ਹੁੰਦੇ ਨੇ। ਤੇ ਉਹਨਾਂ ਗੁਣਾਂ ਦੇ ਵਿੱਚ ਹੀ ਜਦੋਂ ਅਸੀਂ ਭਾਣੇ ਦੀ ਗੱਲ ਕਰਦੇ ਹਾਂ ਤੇ ਫਿਰ ਸਾਡੇ ਅੰਦਰ ਚੜ੍ਹਦੀ ਕਲਾ ਆਉਂਦੀ ਆ, ਸਾਡੇ ਅੰਦਰ ਨਿਡਰਤਾ ਆਉਂਦੀ ਆ, ਕਿਉਂਕਿ ਸਾਨੂੰ ਸੱਚ ਦਾ ਪਤਾ ਆ ਕਿ ਇੱਥੇ ਸੰਸਾਰ ਦੇ ਵਿੱਚ ਜੋ ਉਪਜਿਓ ਸੋ ਬਿਨਸ ਹੈ, ਪਰ ਉਹ ਅੱਜ ਕੇ ਕਾਲ ਤੇ ਜਦੋਂ ਮੌਤ ਕਿਸੇ ਦੇ ਨਾ ਕੋਈ ਸਮੇਂ ਤੋਂ ਪਹਿਲਾਂ ਕੋਈ ਮਾਰ ਸਕਦਾ ਤੇ ਨਾ ਹੀ ਕੋਈ ਆਪਣੀ ਮਰਜ਼ੀ ਨਾਲ ਜ਼ਿਆਦਾ ਸਮਾਂ ਜਿਉਂਦਾ ਰਹਿ ਸਕਦਾ, ਇਹ ਗੱਲ ਜਿਹੜੀ ਇਹੋ ਹੀ ਸਾਨੂੰ ਕੁਰਬਾਨੀ ਵਾਸਤੇ ਤਿਆਰ ਕਰਦੀ ਹੈ। ਤੇ ਜੇ ਦੂਸਰਾ ਜਿਹੜਾ ਸਿਮਰਨ ਤੋਂ ਸੇਵਾ ਉਤਪੰਨ ਹੁੰਦੀ ਆ, ਜਿਹੜੀ ਮਨੁੱਖਤਾ ਨੂੰ ਇੱਕ ਦੂਸਰੇ ਨਾਲ ਪਿਆਰ ਸਿਖਾਉਂਦੀ ਆ, ਜਿਹੜੇ ਲੋੜਵੰਦ ਨੇ, ਦੁਖੀ ਨੇ, ਨਿਮਾਣੇ ਨਿਤਾਣੇ ਨੇ, ਉਹਨਾਂ ਉਹਨਾਂ ਵਾਸਤੇ ਉਹ ਸੁੱਖ ਦਾ ਸੁਨੇਹਾ ਹੁੰਦਾ ਆ। ਤੇ ਇਹ ਇਸੇ ਕਰਕੇ ਹੀ ਸੰਸਾਰ ਦੇ ਵਿੱਚ ਜਿਹੜਾ ਧਰਮ ਫੈਲਦਾ ਆ। ਗੁਰੂ ਸਾਹਿਬ ਜੀ ਨੇ ਜਿਹੜਾ ਦਸਵੰਧ ਦੀ ਪ੍ਰਥਾ ਸ਼ੁਰੂ ਕੀਤੀ ਸੀ, ਉਹ ਸਾਰਾ ਦਸਵੰਧ ਜਿਹੜਾ ਉਹਨਾਂ ਲੋਕਾਂ ਦੀ ਖਾਤਰ ਹੀ ਵਰਤਿਆ ਜਾਂਦਾ ਸੀ ਜਿੱਥੇ ਪਾਣੀ ਦੀ ਲੋੜ ਸੀਗੀ, ਉੱਥੇ ਪਾਣੀ ਦੇ ਖੂਹ ਲਵਾਏ, ਉਹਨਾਂ ਨੇ ਸਰੋਵਰ ਬਣਵਾਏ, ਜਿੱਥੇ ਸਿਹਤ ਸਹੂਲਤਾਂ ਦੀ ਲੋੜ ਉੱਥੇ ਕੋੜੀ ਖਾਨੇ ਵੀ ਗੁਰੂ ਸਾਹਿਬ ਜੀ ਨੇ ਉਸ ਸਮੇਂ ਦੇ ਵਿੱਚ ਬਣਾ ਦਿੱਤੇ, ਤੇ ਇਹ ਇੰਤਜ਼ਾਮ ਜਿਹੜੇ ਸਾਰੇ ਕੀਤੇ ਗਏ, ਜਿਸ ਸਦਕਾ ਜਿਹੜੇ ਲੋਕ ਸੀਗੇ ਉਹ ਸਿੱਖੀ ਵੱਲ ਨੂੰ ਆ ਰਹੇ ਸੀਗੇ। ਇਹ ਇਸੇ ਤਰ੍ਹਾਂ ਹੀ ਫਿਰ ਜਿੱਥੇ ਨਿਮਾਣਿਆਂ ਨਿਤਾਣਿਆਂ ਦੀ ਗੱਲ ਸੀਗੀ, ਕਿਉਂਕਿ ਜ਼ਾਲਮ ਹਰ ਸਮੇਂ ਮੌਜੂਦ ਰਹਿੰਦੇ ਨੇ, ਬਹੂ ਬੇਟੀਆਂ ਦੀ ਬੇਅਦਬੀ ਚੁੱਕ ਕੇ ਲੈ ਜਾਣਾ, ਇਹ ਸਾਰਾ ਕੁਝ ਆਪਾਂ ਜਾਣਦੇ ਹਾਂ। ਸਿੱਖ ਤੇ ਗੁਰੂ ਕਾ ਖਾਲਸਾ ਜਿਹੜਾ ਆਪਣੀਆਂ ਜਾਨਾਂ ਤਲੀ ਤੇ ਰੱਖ ਕੇ ਉਹਨਾਂ ਬੀਬੀਆਂ ਦੀ ਬੇਪੱਤੀ ਤੋਂ ਬਚਾ ਕੇ, ਤੇ ਉਹ ਜਿਹੜਾ ਗੁਰੂ ਸਾਹਿਬ ਜੀ ਨੇ ਸਾਨੂੰ ਸ਼ਸਤਰ ਦੇ ਕੇ ਤੇ ਇਹ ਸਿਧਾਂਤ ਦਿੱਤਾ ਸੀ ਕਿ ਜਰਵਾਣੇ ਦੀ ਗਰੀਬ ਜਰਵਾਣੇ ਦੀ ਰੱਖਿਆ, ਜਰਵਾਣੇ ਦੀ ਭੱਖਿਆ, ਤੇ ਇਸ ਕਰਕੇ ਇਹ ਜੂਝਦੇ ਰਹੇ। ਹੁਣ ਦੂਸਰਾ ਪੱਖ ਹੁੰਦਾ ਆ ਕਿ ਇਹ ਇੰਨਾ ਕੁਛ ਹੁੰਦਿਆਂ ਹੋਇਆ ਸਾਡਾ ਇਤਿਹਾਸ ਇੰਨਾ ਸੁਨਹਿਰੀ, ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਜਿਹੜੀ ਸਾਨੂੰ ਹਰ ਵਕਤ ਇਹ ਸਿੱਖਿਆ ਦਿੰਦੀ, ਇਹਨਾਂ ਸਾਰਾ ਕੁਝ ਹੁੰਦਿਆਂ ਹੋਇਆ ਤੇ ਨਿਘਾਰ ਵੱਲ ਕਿਉਂ ਗਿਆ? ਉਹਦਾ ਕਾਰਨ ਇਹ ਆ, ਮੈਂ ਇੱਕ ਵਾਰੀ ਦੀਵਾਨ ਸੁਣ ਰਿਹਾ ਸਾਂ ਤੇ ਗਿਆਨੀ ਸੋਹਣ ਸਿੰਘ ਜੀ ਸੀਤਲੋ ਗਾ ਰਹੇ ਸੀਗੇ ਕਿ ਸਿੱਖ ਰਾਜ ਕਿਵੇਂ ਗਿਆ, ਤੇ ਉਹਦੇ ਵਿੱਚ ਕਿਉਂਕਿ ਆਪਣਿਆਂ ਨੇ ਗਦਾਰੀਆਂ ਕੀਤੀਆਂ ਆਪਣੇ ਬਣ ਕੇ ਸਿੱਖੀ ਰੂਪ ਦੇ ਵਿੱਚ ਆ ਕੇ, ਤੇ ਸਿੱਖ ਸਮਝ ਨਹੀਂ ਸਕੇ, ਆਪਣੇ ਭਰਾ ਮਾਰੂ ਜੰਗ ਕਰ ਕਰਕੇ ਤੇ ਸਾਰਾ ਕੁਝ ਸਤਿਆਨਾਸ਼ ਹੋਇਆ। ਤੇ ਸੀਤਲ ਜੀ ਉੱਥੇ ਇੱਕ ਵਿੱਚੋਂ ਹੀ ਟੋਕ ਕੇ ਕਹਿੰਦੇ ਕਿ ਲੋਕੀ ਪੁੱਛਦੇ ਨੇ, ਉਦੋਂ ਕੋਈ ਸਿਆਣਾ ਬੰਦਾ ਨਹੀਂ ਸੀ, ਕਹਿੰਦੇ ਮਗਰ ਮੈਂ ਪੁੱਛਦਾ ਹਾਂ ਕਿ ਅੱਜ ਕੋਈ ਸਿਆਣਾ ਨਹੀਂ। ਕਹਿੰਦੇ ਜਿਹੜੇ ਸ਼ੈਤਾਨ ਤੇ ਚਲਾਕ ਤੇ ਖੁਦ ਗਰਜ ਲੋਕ ਹੁੰਦੇ ਨੇ ਉਹ ਸਿਆਣਿਆਂ ਨੂੰ ਨੇੜੇ ਨਹੀਂ ਟੁੱਕਣ ਦਿੰਦੇ, ਤੇ ਇਸ ਕਰਕੇ ਇਸ ਗੱਲ ਨੂੰ ਕਿ ਕਿਵੇਂ ਫਿਰ ਇਸ ਨੂੰ ਰੋਕਿਆ ਜਾ ਸਕਦਾ, ਉਹਦੇ ਵਾਸਤੇ ਸਾਨੂੰ ਆਪਣੇ ਤੋਂ ਇੱਕ ਦੋ ਚਾਰ ਇੱਦਾਂ ਫਿਰ ਕਾਫਲੇ ਬਣ ਜਾਂਦੇ ਨੇ, ਜਿਵੇਂ ਕਿਸੇ ਸਮੇਂ ਗਿਆਨੀ ਦਿੱਤ ਸਿੰਘ ਜੀ ਤੇ ਪ੍ਰੋਫੈਸਰ ਗੁਰਮੁਖ ਸਿੰਘ ਜੀ ਹੋਰਾਂ ਨੇ ਸਿੰਘ ਸਭਾ ਲਹਿਰ ਸ਼ੁਰੂ ਕਰ ਦਿੱਤੀ ਸੀ। ਇਸੇ ਤਰ੍ਹਾਂ ਹੀ ਜਿਵੇਂ ਇਕੱਲੇ ਤੌਰ ਤੇ ਜਦੋਂ ਅਸੀਂ ਨਿੱਜੀ ਰੂਪ ਦੇ ਵਿੱਚ ਦੇਖਦੇ ਹਾਂ
ਤੇ ਬਹੁਤ ਕੁਛ ਵਾਹਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੁੰਦਾ। ਜਿਹੜੇ ਜੇ ਤੁਸੀਂ ਧਰਮ ਦੇ ਖੇਤਰ ਵਿੱਚ, ਸੇਵਾ ਦੇ ਖੇਤਰ ਵਿੱਚ, ਕੌਮੀ ਚੜ੍ਹਦੀ ਕਲਾ ਦੇ ਖੇਤਰ 'ਚ ਤੁਸੀਂ ਤੁਰਦੇ ਆ, ਤੇ ਤੁਹਾਡੇ ਨਾਲ ਫਿਰ ਇੱਕ ਦੋ ਚਾਰ ਕਰਕੇ ਕਾਫਲੇ ਬਣ ਜਾਂਦੇ ਨੇ। ਕਦੇ ਭਗਤ ਪੂਰਨ ਸਿੰਘ ਜੀ ਨੇ ਇੱਕ ਇੱਕ ਹੀ ਪਿੰਗਲੇ ਤੋਂ ਸ਼ੁਰੂ ਕੀਤਾ, ਤੇ ਅੱਜ ਉਹਨਾਂ ਦੇ ਪਤਾ ਨਹੀਂ ਕਿੰਨੀਆਂ ਸੰਸਥਾਵਾਂ ਪਿੰਗਲਵਾੜੇ ਦੇ ਰੂਪ ਦੇ ਵਿੱਚ ਸੇਵਾ ਕਰ ਰਹੀਆਂ ਨੇ। ਇਸੇ ਤਰ੍ਹਾਂ ਹੀ ਖਾਲਸਾ ਏਡ ਆ, ਭਾਵੇਂ ਕਈ ਤਰ੍ਹਾਂ ਦੇ ਲੋਕੀ ਪ੍ਰਸ਼ਨ ਉੱਤਰ ਕਰਦੇ ਰਹਿੰਦੇ, ਪਰ ਜਿਹੜਾ ਉਹਨਾਂ ਨੇ ਸਿੱਖੀ ਦਾ ਬੋਲਬਾਲਾ ਸੇਵਾ ਦੇ ਖੇਤਰ ਵਿੱਚ ਦੁਨੀਆਂ ਦੇ ਵਿੱਚ ਕੀਤਾ ਆ, ਉਹ ਲਾਮਿਸਾਲ ਹੀ ਆ। ਤੇ ਇਸ ਕਰਕੇ ਇੱਕ ਤਾਂ ਇਹ ਆ, ਤੇ ਨਿੱਜੀ ਤੌਰ ਤੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਗੁਰੂ ਦੇ ਸਿਧਾਂਤਾਂ ਤੇ ਗੁਰੂ ਨੂੰ ਸਮਰਪਿਤ ਹੋ ਕੇ ਚੱਲਣਾ ਪਏਗਾ। ਕੌਮ ਦੀ ਚੜ੍ਹਦੀ ਕਲਾ ਲਈ ਸੋਚ, ਅਰਦਾਸ ਤੇ ਉੱਦਮ, ਆਪਣੇ ਪਰਿਵਾਰਾਂ ਨੂੰ ਅਸੀਂ ਕੋਸ਼ਿਸ਼ ਕਰਕੇ ਤੇ ਗੁਰੂ ਕੇ ਚਰਨਾਂ ਦੇ ਨਾਲ ਜੋੜ ਕੇ, ਇਤਿਹਾਸ ਤੇ ਗੁਰਬਾਣੀ ਦੀ ਸਿੱਖਿਆ ਦੇ ਕੇ, ਇਸੇ ਤਰ੍ਹਾਂ ਫਿਰ ਸਾਂਝੇ ਰੂਪ ਦੇ ਵਿੱਚ ਜਥੇਬੰਦ ਹੋ ਕੇ ਕੌਮੀ ਸੇਵਾ ਤੇ ਜਿਹੜੀਆਂ ਸੰਸਥਾਵਾਂ ਨੇ ਜਿਹੜੀਆਂ ਸਾਡੀਆਂ, ਮੈਂ ਕਈ ਵਾਰ ਸੋਚਦਾ ਕਿ ਜਿਸ ਤਰ੍ਹਾਂ ਦੀ ਸਾਡੇ ਕੋਲ ਕੌਮੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਸ਼ਾਇਦ ਦੁਨੀਆਂ ਦੇ ਕਿਸੇ ਵੀ ਧਰਮ ਦੇ ਕੋਲ ਇਸ ਤਰ੍ਹਾਂ ਦੀ ਕੇਂਦਰੀ ਜਥੇਬੰਦੀ ਹੈ ਨਹੀਂ। ਪਰ ਉਹਦੇ ਵਿੱਚ ਨਿਘਾਰ ਆਇਆ ਤੇ ਉਹਨੂੰ ਦੂਰ ਵੀ ਕਰਨਾ ਆਪਾਂ ਹੀ ਆ, ਕਿ ਚੇਤੰਨ ਹੋ ਕੇ ਲੋਕਾਂ ਨੂੰ ਉਹਦੇ ਵਾਸਤੇ ਪ੍ਰੇਰਿਤ ਕੀਤਾ ਜਾਏ ਵੋਟਾਂ ਪਾ ਕੇ, ਤੇ ਉਹ ਗੁਰਮੁਖ ਪਿਆਰੇ ਚੁਣੇ ਜਾਣ ਜਿਹੜੇ ਕੌਮੀ ਦਰਦ ਰੱਖਣ ਵਾਲੇ, ਜਿਹੜੇ ਵਿਦਵਾਨ, ਜਿਹੜੇ ਕੌਮ ਦੇ ਸੋਚ ਵਾਲੇ ਹੋਣ। ਤੇ ਇਸ ਤਰ੍ਹਾਂ ਕਰਕੇ ਇਹ ਸਾਰਾ ਕੁਝ ਜਿਹੜਾ ਅਸੀਂ ਕਰ ਸਕਦੇ ਹਾਂ। ਤੇ ਉਹ ਮੇਨ ਸਾਰੀ ਗੱਲ ਇਹ ਆ ਕਿ ਇਹਦੇ ਵਾਸਤੇ ਖੁਦ ਗਰਜ਼ੀ ਤੋਂ ਉੱਪਰ ਉੱਠਣਾ ਪਏਗਾ, ਤੇ ਸੰਸਾਰ ਦੇ ਵਿੱਚ ਤਾਂ ਹੀ ਕੌਮ ਦੀ ਚੜ੍ਹਦੀ। ਹਾਂਜੀ ਹਾਂਜੀ, ਵਾਹ ਜੀ ਵਾਹ, ਬਿਊਟੀਫੁਲੀ ਸੈਡ, ਬੜੇ ਥੋੜੇ ਜਿਹੇ ਲਫ਼ਜ਼ਾਂ ਦੇ ਵਿੱਚ ਤੁਸੀਂ ਬਹੁਤ ਕੁਛ ਕਵਰ ਕਰਤਾ। ਤੇ ਜੋ ਪ੍ਰਿੰਸੀਪਲ ਧਰਮ ਸਿੰਘ ਉਹਨਾਂ ਨੇ ਕਵਰ ਕੀਤਾ ਖਾਲਸੇ ਦੇ ਗੁਣਾਂ ਦੇ ਨਾਲ ਨਾਲ ਨਿਗਾਰ ਦੇ ਕਾਰਨ ਤੇ ਨਾਲ ਸਾਨੂੰ ਕੀ ਕਰਨ ਦੀ ਲੋੜ ਹੈ, ਉਹਦੇ ਵਿੱਚ ਹੋਰ ਚੀਜ਼ਾਂ ਐਡ ਕਰਨ ਦੇ ਲਈ ਤੁਸੀਂ ਆਪਣੇ ਵਿਊ ਦਿਓ ਜੀ। ਹਾਂਜੀ ਭੈਣ ਜੀ, ਐਨੀ ਕੌਰ ਕੋਹਲੀ ਜੀ, ਤੁਸੀਂ ਦੱਸੋ ਜੀ ਆਪਦੇ ਵਿਊ ਦਿਓ, ਜੋ ਕੁਛ ਇਹਨਾਂ ਨੇ ਦੱਸਿਆ ਉਹ ਸੁਣਨ ਤੋਂ ਬਾਅਦ ਹੋਰ ਜਿਹੜੇ ਕੋਈ ਆਸਪੈਕਟਸ ਨੇ ਤੁਸੀਂ ਕੋਈ ਸ਼ੇਅਰ ਕਰਨਾ ਚਾਹੁੰਦੇ ਹੋ ਖਾਲਸੇ ਦੇ ਗੁਣਾਂ ਦੇ ਬਾਰੇ, ਉਹਦੇ ਵਿੱਚੋਂ ਕੀ ਜਿਹੜਾ ਪ੍ਰੈਕਟੀਕਲੀ ਕੀ ਚੀਜ਼ਾਂ ਜਿਹੜੀਆਂ ਅਲੋਪ ਹੋ ਰਹੀਆਂ ਨੇ ਉਹਨਾਂ ਨੂੰ ਸੁਰਜੀਤ ਕਰਨ ਦੇ ਲਈ ਕੀ ਕੁਛ ਕਰਨ ਦੀ ਲੋੜ ਆ। ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਮੇਰੀ ਥੋੜੀ ਤਬੀਅਤ, ਵਾਹਿਗੁਰੂ ਜੀ ਕੀ ਫਤਿਹ, ਮੇਰੀ ਥੋੜੀ ਜਿਹੀ ਤਬੀਅਤ ਠੀਕ ਨਹੀਂ, ਪਲੀਜ਼ ਜ਼ਰਾ ਦੇਖੋ। ਖਾਲਸੇ ਦੇ ਗੁਣ ਉਹ ਨੇ ਜੋ ਪਰਮਾਤਮਾ ਦੇ ਨੇ, ਸਹੀ ਸਹੀ ਚ ਅਗਰ ਉਹਨਾਂ ਨੂੰ ਆਪਣੇ ਜੀਵਨ ਚ ਉਤਾਰਿਆ ਜਾਏ ਤੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ, ਠੀਕ ਹੈ। ਤੇ ਜਿਹੜੇ ਗੁਣ ਅਲੋਪ ਹੋ ਰਹੇ ਨੇ, ਅਲੋਪ ਪਰਮਾਤਮਾ ਵਿੱਚੋਂ ਤੇ ਕਦੀ ਕੋਈ ਗੁਣ ਅਲੋਪ ਹੁੰਦਾ ਹੀ ਨਹੀਂ, ਪਰਮਾਤਮਾ ਤੇ ਉਹ ਹਜ਼ਾਰਾਂ ਸਾਲਾਂ ਪਹਿਲੇ ਕਰੋੜਾਂ ਸਾਲਾਂ ਪਹਿਲੇ ਵੀ ਉਹੀ ਸੀ, ਅੱਜ ਵੀ ਉਹੀ, ਉਹਦਾ ਕੋਈ ਗੁਣ ਅਲੋਪ ਨਹੀਂ ਹੋਇਆ। ਫਿਰ ਖਾਲਸਾ ਜਦ ਪਰਮਾਤਮਾ ਦਾ ਆਪਣਾ ਰੂਪ ਹੈ ਤੇ ਉਹਦੇ ਵਿੱਚ ਗੁਣ ਕਿਉਂ ਅਲੋਪ ਹੋ ਰਹੇ ਨੇ, ਸਵਾਲ ਇੱਥੇ ਹੈਗਾ। ਸਵਾਲ ਇਹ ਨਹੀਂ ਹੈ ਕਿ
ਸਾਡੇ ਗੁਣ ਅਲੋਪ, ਸਾਡੇ ਸੱਚ ਖਾਲਸੇ ਦਾ ਰੂਪ ਪਰਮਾਤਮਾ ਦਾ ਤੇ ਗੁਣ ਕਿਉਂ ਅਲੋਪ ਹੋ ਰਹੇ ਨੇ? ਖਾਲਸਾ ਤੇ ਪੂਰਨ ਹੋਣਾ ਚਾਹੀਦਾ, ਉਹਦੀ ਉਹਦਾ ਮੇਰੇ ਜੋ ਤੁਛ ਬੁੱਧੀ ਮੇਰੀ ਕਹਿੰਦੀ ਹੈ ਉਹ ਇਹ ਕਹਿੰਦੀ ਹੈ ਕਿ ਅਸੀਂ ਲੋਕਾਂ ਨੇ ਰੱਡ ਗੱਡ ਬੋਧ ਕੀਤੀ ਹੈ। ਰੱਡ ਗੱਡ ਮਤਲਬ ਤੂੰ ਵੀ ਖਾ ਬਣ ਜਾ, ਤੂੰ ਵੀ ਬਣ ਜਾ, ਤੂੰ ਵੀ ਬਣ ਜਾ, ਬਣ ਜਾ ਨਹੀਂ, ਜਿਹੜਾ ਜਿਹਨੂੰ ਪਰਮਾਤਮਾ ਆਪ ਖਾਲਸਾ ਸਜਾਵੇ ਉਹ ਖਾਲਸਾ ਠੀਕ ਸਜਦਾ, ਜਿਹਨੂੰ ਪਰਮਾਤਮਾ ਨੇ ਜਿਹੜੇ ਸਾਡੇ ਧੱਕੇ ਸ਼ਾਈ ਨਾ ਉਹਨੂੰ ਹੁਣ ਕਈ ਹੁੰਦੇ ਨਾ ਆਪਣੇ ਆਪ ਨੂੰ ਵੀ ਦੇਖਿਆ ਮੇਰਾ ਦੋਸਤ ਬਹੁਤ ਅੱਛਾ ਵੇ, ਉਹਦੂ ਦੋਸਤ ਨੂੰ ਵੇਖ ਕੇ ਖਾਲਸਾ, ਵੇਖਣ ਨਾਲ ਨਹੀਂ ਉਹਦੇ ਗੁਣਾਂ ਨੂੰ ਅਪਣਾਉਣਾ, ਉਹਦੇ ਉਸ ਰੀਤੀ ਨੂੰ ਅਪਣਾਉਣਾ, ਫਿਰ ਉਹ ਹੁੰਦਾ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਘਰੋਂ ਨਿਵਾਸ। ਉਹ ਸਾਡਾ ਹੋਇਆ ਨੀ, ਅਸੀਂ ਕੀ ਤੁਰ ਪਏ ਆ ਨੰਬਰ ਵਾਲੇ ਪਾਸੇ, ਉਹ ਨੰਬਰ ਵਾਲਾ ਜੋ ਮੇਰੀ ਤੁਛ ਬੁੱਧੀ ਕਹਿੰਦੀ ਮੈਂ ਵੀ ਆਮ ਰੋਂਗ, ਮੈਨੂੰ ਮੈਂ ਕੁਛ ਨੀ ਕਹਿ ਸਕਦੀ, ਅਸੀਂ ਜਿਹੜਾ ਨੰਬਰ ਵਾਲੇ ਪਾਸੇ ਤੁਰ ਪਏ ਆ ਨਾ ਉਹ ਸ਼ਾਇਦ ਸਾਨੂੰ ਕਿਤੇ ਨੁਕਸਾਨ ਕਰਦੇ। ਹੋਰ ਵੀ ਬਹੁਤ ਹੋਣਗੇ ਜਿਹਨਾਂ ਨੂੰ ਸ਼ਾਇਦ ਮੈਂ ਪਿੰਨ ਪੁਆਇੰਟ ਨਹੀਂ ਕਰ ਪਾਵਾਂਗੀ, ਲੇਕਿਨ ਜਿੱਥੇ ਤੱਕ ਮੈਨੂੰ ਨਜ਼ਰ ਆਉਂਦਾ ਹੈ ਅਸੀਂ ਉਸ ਜਿਹੜਾ ਪਰਮਾਤਮਾ ਦਾ ਆਪਣਾ ਰੂਪ ਹੋਵੇ ਉਹਦੇ ਅਸੀਂ ਡਿਸਕਸ ਵੀ ਕਿਉਂ ਕਰ ਰਹੇ ਹਾਂ, ਇਹੋ ਜਿਹੀ ਕਲਾਸ ਵੀ ਕਿਉਂ ਲਗਾਉਣੀ ਪੈ ਰਹੀ ਹੈ? ਕਿਉਂਕਿ ਅਸੀਂ ਕਿਤੇ ਨਾ ਕਿਤੇ ਤੇ ਥਿੜੇ ਹੋਏ ਆ, ਕਿਤੇ ਨਾ ਕਿਤੇ ਤੇ ਅਸੀਂ ਥਿੜੇ ਹੋਏ ਆ, ਜਿਸ ਕਰਕੇ ਸਾਨੂੰ ਅੱਜ ਇਹ ਡਿਸਕਸ ਵੀ ਕਰਨਾ ਪੈ ਰਿਹਾ। ਵਰਨਾ ਇਸ ਚੀਜ਼ ਇਹ ਤੇ ਗੁਰੂ ਸਾਹਿਬ ਨੇ ਤੇ ਉਹਦਾ ਬਿਲਕੁਲ ਪ੍ਰੋਪਰ ਦੱਸ ਦਿੱਤਾ ਕਿ ਖਾਲਸਾ ਤੇ ਪਰਮਾਤਮਾ ਦਾ ਆਪਣਾ ਰੂਪ ਹੈ, ਉਹਦੇ ਉੱਤੇ ਉਹਦੇ ਕੋਈ ਕੋਈ ਕੁਐਸਚਨ ਹੋਣਾ ਹੀ ਨਹੀਂ ਚਾਹੀਦਾ, ਲੇਕਿਨ ਅਸੀਂ ਆਪ ਹੀ ਬੈਠੇ ਹੋਏ ਆਪਣੇ ਆਪ ਉੱਤੇ ਅਸੀਂ ਕੁਐਸਚਨ ਰੇਸ ਕਰ ਰਹੇ ਹਾਂ। ਸੋਚ ਇੱਥੋਂ ਚੱਲਣੀ ਚਾਹੀਦੀ ਹੈ, ਜਿਹਨੂੰ ਮੈਂ ਜ਼ਿਆਦਾ ਪਿੰਨ ਪੁਆਇੰਟ ਨਹੀਂ ਕਰ ਪਾਵਾਂਗੀ ਵੀਰ ਜੀ। ਇਹ ਤੇ ਸਾਰੇ ਬੈਠੀਏ, ਹੋਰ ਵੀ ਕੋਈ ਜੋ ਵੀ ਇੰਟਲੈਕਚੁਅਲ ਹੋਵਣ ਜਿਹੜੇ ਸੱਚ ਚ ਖਾਲਸਾ ਮੇਰਾ ਰੂਪ ਹੈ ਖਾਸ ਤੇ ਐਗਜ਼ਾਮਪਲਸ ਨੇ, ਉਹ ਹੀ ਇਸਨੂੰ ਜ਼ਿਆਦਾ ਐਕਸਪਲੇਨ ਕਰ ਪਾਣਗੇ ਕਿ ਮੇਰੀ ਤੁਛ ਬੁੱਧੀ ਉਤਨਾ ਐਕਸਪਲੇਨ ਨਹੀਂ ਕਰ ਪਾਏਗੀ। ਕੋਈ ਨੀ ਜੀ, ਥੈਂਕ ਯੂ ਜੀ, ਬਟ ਯੂ ਰੇਜ਼ ਅ ਵੈਰੀ ਗੁੱਡ ਪੁਆਇੰਟ। ਮੈਂ ਤਾਂ ਇਸ ਦੇ ਸੰਬੰਧ ਵਿੱਚ ਇਹ 'ਚ ਕੋਈ ਸ਼ੱਕ ਨਹੀਂ, ਪਰਮਾਤਮਾ ਵੀ ਪੂਰਾ, ਗੁਰੂ ਵੀ ਪੂਰਾ ਹੈ ਜੀ, ਕਿਉਂਕਿ ਗੁਰ ਪਰਮੇਸ਼ਰ ਇੱਕ ਹੋ ਜਾਣ, ਦੋਵੇਂ ਸਮਰੱਥ ਨੇ, ਅਪਾਰ ਨੇ, ਨਿਰਮਲ ਨੇ, ਪੂਰੇ ਨੇ, ਹੈ ਜੀ, ਉਹਦਾ ਕੋਈ ਮੁਕਾਬਲਾ ਨਹੀਂ ਹੈ ਜੀ ਦੋਨੋਂ। ਇਸ ਲਈ ਮਹਾਰਾਜ ਕਹਿੰਦੇ ਗੁਰ ਪਰਮੇਸ਼ਰ ਇੱਕ ਉਦਾਨ, ਖਾਲਸਾ ਮੇਰਾ ਰੂਪ ਹੈ ਖਾਸ। ਉਹ ਭਾਈ ਖਾਲਸਾ ਤਾਂ ਹੀ ਖਾਸ ਬਣਦਾ ਜੇ ਉਹਦੇ ਚ ਖਾਲਸੇ ਵਾਲੇ ਗੁਣ ਹੋਣਗੇ। ਮਹਾਰਾਜ ਤਾਂ ਕਹਿੰਦੇ ਆਤਮ ਰਸ ਜੇ ਜਾਨ ਹੀ, ਪ੍ਰਿੰਸੀਪਲ ਧਰਮ ਸਿੰਘ ਨੇ ਗੱਲ ਕੀਤੀ ਸੀ ਸਿਮਰਨ ਤੋਂ, ਆਤਮ ਰਸ ਜੇ ਜਾਨ ਹੀ ਸੋ ਹੈ ਖਾਲਸ ਦੇਵ, ਹੈ ਜੀ, ਉਹ ਹੈ ਆਤਮ ਰਸ ਜੇ ਜਾਨ ਹੀ ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੋਹਿ ਮੈਂ ਤਾਸ ਮੈਂ ਰੰਚਕ ਨਾ ਹੈ ਭੇਦ। ਕਹਿੰਦੇ ਫੇਰ ਕੋਈ ਸ਼ੱਕ ਨੀ, ਅਸੀਂ ਤਾਂ ਲੋਕਾਂ ਨੇ ਸਮਝ ਲਿਆ ਭਾਈ ਜੀ ਅੰਮ੍ਰਿਤ ਛਕਾਤਾ, ਜਹਾਜ਼ ਚੜਾਤਾ ਜੀ, ਨੰਬਰ ਵਧਾਤਾ ਜਿਵੇਂ ਤੁਸੀਂ ਕਹਿੰਦੇ, ਇਹ ਗੱਲ ਨਹੀਂ ਹੈ। ਜਦੋਂ ਕਿ ਬਾਹਰਲੀ ਫੋਰਮ ਜ਼ਰੂਰੀ ਹੈ, ਪਰ ਜੇ ਮੇਰੇ ਖਿਆਲ ਚ ਤੁਛ ਬੁੱਧੀ ਮੁਤਾਬਕ ਬਾਹਰਲੀ ਨਾਲੋਂ ਅੰਦਰਲੀ ਦੀ ਪਰਪੱਕਤਾ ਜ਼ਿਆਦਾ ਜ਼ਰੂਰੀ ਹੈ, ਜਿਹਦੇ ਚ ਮਹਾਰਾਜ ਨੇ ਦਇਆ ਧਰਮ ਮੋਹਕਮ ਸਾਹਿਬੀ ਜਿਹੜੇ ਜਿਹੜੇ ਖਾਲਸੇ ਦੇ ਪੰਜਿਆਂ ਵਾਲੇ ਗੁਣ ਨੇ, ਦਇਆ ਹੈ, ਧਰਮ ਹੈ, ਸੱਚ ਹੈ, ਸੰਤੋਖ ਹੈ, ਨਿਮਰਤਾ ਹੈ, ਪਿਆਰ ਹੈ, ਪਰਉਪਕਾਰ ਹੈ, ਸੇਵਾ ਹੈ, ਸਿਮਰਨ ਹੈ, ਉਹੀ ਹੈ। ਜੇ ਸਿਮਰਨ ਨਹੀਂ ਹੈ ਤਾਂ ਮਹਾਰਾਜ ਤਾਂ ਕਹਿੰਦੇ ਖਾਲਸਾ ਤਾਂ ਹੈ ਹੀ ਉਹੀ, ਪੂਰਨ ਜੋਤ ਜਗ੍ਹਾ ਘੱਟ ਮੈਂ ਤਬ ਖਾਲਸ,
ਨਾ ਹੀ ਨਿਖਾਲਸ ਜਾਂਦਾ ਬਈ ਜੇ ਪੂਰਨ ਜੋਤ ਹੀ ਨਹੀਂ ਅੰਦਰ। ਉਹ ਬਾਹਰਲੀ ਜਿਹੜੀ ਵਰਦੀ ਹੈ ਉਹ ਬੜੀ ਜ਼ਰੂਰੀ ਹੈ। ਸਾਡੇ ਲੋਕ ਸਿਰਫ ਇਹ ਸਮਝ ਲੈਂਦੇ ਨੇ ਬਈ ਬਾਹਰਲੀ ਵਰਦੀ ਪਾ ਲਈ, ਪੰਜ ਕਰਕਾਰੀ ਬਣ ਗਏ ਤੇ ਬਾਹਰਲਾ ਸਰੂਪ ਹੋ ਗਿਆ ਤੇ ਖਾਲਸੇ ਬਣ ਗਏ। ਉਹ ਭਾਈ ਸਕੂਲ ਚ ਦਾਖਲਾ ਲੈਣ ਨਾਲ ਇੱਥੇ ਆ ਡਾਕਟਰ ਕੁਲਵਿੰਦਰ ਸਿੰਘ ਹੀ ਬੈਠੇ ਨੇ, ਆ ਡਾਕਟਰ ਜਨਕ ਸਿੰਘ ਹੀ ਬੈਠੇ ਨੇ। ਕੋਈ ਸਕੂਲ ਚ ਦਾਖਲਾ ਲੈਣ ਵਾਲਾ ਵੀ ਕੋਈ ਗ੍ਰੈਜੂਏਟ ਹੁੰਦਾ? ਨਾ ਭਾਈ, ਸਕੂਲ ਚ ਦਾਖਲਾ ਲੈਣ ਦਾ ਮਤਲਬ ਕਹਿੰਦੇ ਭਾਈ ਹੁਣ ਤੁਸੀਂ ਸਕੂਲ ਚਲੇ ਗਏ ਹੋ, ਹੁਣ ਤੁਸੀਂ ਸਤਿਗੁਰੂ ਦੇ ਘਰ ਦੇ ਵਿੱਚ ਜਨਮ ਲੈ ਲਿਆ, ਜਨਮ ਲੈ ਕੇ ਹੁਣ ਸਤਿਗੁਰੂ ਤੋਂ ਵਿਵੇਕ ਬੁੱਧੀ ਲਓ, ਸਤਿਗੁਰੂ ਤੋਂ ਸਿੱਖਿਆ ਲਓ, ਜੀਵਨ ਦੇ ਵਿੱਚ ਸੁਣ ਕੇ ਪੜ੍ਹ ਕੇ ਕਮਾ ਕੇ ਬੱਚਾ ਤਾਂ ਭਾਈ ਉਹੀ ਆਪਦੇ ਗੁਰੂ ਦਾ ਰੂਪ ਬਣਦਾ, ਉਹੀ ਜੋ ਕਿ ਸਾਨੂੰ ਪਾਤਸ਼ਾਹ ਨੇ ਬਣਾਇਆ ਆਪੇ ਗੁਰਚੇਲਾ। ਅੱਜ ਕੱਲ੍ਹ ਆਈਵੀ ਲੀਗ ਤੇ ਦੂਜਿਆਂ ਦੇ ਵਿੱਚ ਮੈਨੇਜਮੈਂਟ ਮਾਡਲ ਦਿੱਤੇ ਜਾਂਦੇ ਨੇ, ਸਰਵੈਂਟ ਲੀਡਰ ਮਾਡਲਸ ਜਾਂ ਜਿਹੜਾ ਫਾਲੋਅਰ ਮੈਂਟਰਸ਼ਿਪ ਮਾਡਲ, ਇੱਥੇ ਪ੍ਰੋਫੈਸਰ ਸਾਹਿਬ ਇੰਨੇ ਬੈਠੇ ਨੇ ਕਿਉਂਕਿ ਇਹਨਾਂ ਚੀਜ਼ਾਂ ਦੇ ਵਿੱਚ ਇਹ ਤਾਂ ਹੀ ਹੋਣੇ ਸੀ ਜੇ ਉਹਦੇ ਉੱਤੇ ਚੱਲਦੇ ਅਸੀਂ, ਕਿਉਂਕਿ ਚੱਲ ਨਹੀਂ ਰਹੇ ਅਸੀਂ, ਉਹ ਕਰ ਨਹੀਂ ਰਹੇ ਜੋ ਮਹਾਰਾਜ ਨੇ ਦਿੱਤਾ, ਉਹਦੇ ਕਰਕੇ ਸਾਡੇ ਵਿੱਚ ਅਧੂਰਾਪਣ ਆਇਆ। ਲੇਕਿਨ ਅਸੀਂ ਇੱਥੇ ਗੱਲਾਂ ਜਿੱਥੇ ਕਰਨੀਆਂ ਨੇ ਨਾਲ ਸਿੱਖਿਆ ਦੀ ਵੀ ਗੱਲ ਲੈਣੀ ਆ ਵੀ ਅਸੀਂ ਸਿੱਖੀਏ ਕੀ ਜੀ ਇਹਦੇ ਵਿੱਚੋਂ। ਹਾਂਜੀ, ਮੈਂ ਆਉਣਾ ਚਾਹੁੰਦਾ ਤੁਹਾਡੇ ਵੱਲ ਆਉਣ ਤੋਂ ਪਹਿਲਾਂ ਡਾਕਟਰ ਵਾਸੂ ਸਾਹਿਬ ਆਪਣੇ I don't see it, but apne Dr. Kulvinder Singh ji, are you here? Haan ji, haan ji, haan ji. Haan ji, tusi dasso ji, jehde gunan di assi gall kiti hai, unna gunan de vich kamiyan te unna nu assi kive, oh jehde gun sanu jo dekhan de vich aa rahe ne lekin asliyat de vich gun hai ni, unna nu gunan nu assi kive zindagi de vich leke aaiye, unna nu kive assi resurjit kita ja sakda hai. Channa pao ji agle 5-7 minutan layi is gall de utte. ਇਸ ਤੋਂ ਬਾਅਦ ਤੁਹਾਡੇ ਵੱਲ ਆਵਾਂਗਾ ਡਾਕਟਰ ਇੰਦਰਜੀਤ ਸਿੰਘ ਜੀ ਵਾਸੂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਜੋ ਆਪ ਜੀ ਦਾ ਸਵਾਲ ਹੈ ਕਿ ਜਿਹੜਾ ਸਿੱਖੀ ਦੇ ਵਿੱਚ ਖਾਲਸੇ ਪੰਥ ਦੇ ਵਿੱਚ ਨਿਘਾਰ ਆ ਰਿਹਾ, ਇਹ ਨੈਚੁਰਲੀ ਇਸ ਚੀਜ਼ ਨੂੰ ਕਮੈਂਟ ਕਰਨਾ ਤੇ ਬਹੁਤ ਔਖੀ ਚੀਜ਼ ਹੈ, ਪਰ ਮੈਂ ਇੱਥੋਂ ਸ਼ੁਰੂ ਕਰਨਾ ਚਾਹੁੰਦਾ ਵਾਂ ਕਿ ਦੇਖੀਏ ਆਪਾਂ ਅੱਜ ਦੇ ਸਮੇਂ 'ਚ ਅਸੀਂ ਸਾਰੇ ਚਲੋ ਅਸੀਂ ਡਿਬੇਟ ਵਿੱਚ ਬੈਠੇ ਹਾਂ, ਪਰ ਜੇ ਪੰਥ ਦੇ ਪੱਖ ਤੋਂ ਆਪਾਂ ਦੇਖੀਏ ਨਾ ਤੇ ਦੇਖੀਏ ਪੰਥ ਵਿੱਚ ਅੱਜ ਵੀ ਕੁਝ ਕੁਐਸਚਨ ਨੇ ਜਿਹੜੇ ਆਨਸਰ ਨਹੀਂ ਹੋ ਸਕਦੇ। ਪੰਥ ਦੇ ਵਿੱਚ ਦੋ ਗਰੁੱਪ ਬਣੇ ਨੇ, ਇੱਕ ਗਰੁੱਪ ਕਹਿੰਦਾ ਵੈ ਕਿ ਸ਼ਬਦ ਗੁਰੂ ਹੈ ਤੇ ਇੱਕ ਅਸੀਂ ਦੂਸਰੇ ਪਾਸੇ ਜਿਹੜਾ ਸ਼ਬਦ ਗੁਰੂ ਨੂੰ ਉਹ ਵੀ ਮੰਨਦੇ ਨੇ ਪਰ ਉਹਨੂੰ ਅਸੀਂ ਸੰਤ ਸਮਾਜ ਦਾ ਨਾਂ ਦੇ ਦਿੱਤਾ। ਇਹ ਦੋ ਜਿਹੜੇ ਗਰੁੱਪ ਨੇ ਅਸੀਂ ਇਹਨਾਂ ਨੂੰ ਵੀ ਇਕੱਠਾ ਨਹੀਂ ਕਰ ਸਕੇ ਅੱਜ ਤੱਕ, ਵੀ ਜਿਹੜੀ ਚੀਜ਼ ਹੈਗੀ ਹੈ ਕਿ ਇਹ ਦੋ ਧਾਰਾਂ ਨੇ। ਅਸੀਂ ਸੰਤ ਸਮਾਜ ਨੂੰ ਅਕਸਰ ਜਦੋਂ ਡਿਬੇਟ ਹੁੰਦੇ ਨੇ ਤੇ ਅਸੀਂ ਜਿੰਨੇ ਸੰਤ ਗਰੁੱਪ ਨੇ ਅਸੀਂ ਉਹਨਾਂ ਦੇ ਸਾਡੇ ਜਿਹੜੇ ਵਿਚਾਰ ਹੁੰਦੇ ਹਮੇਸ਼ਾ ਕੰਟਰੋਵਰਸ਼ੀਅਲ ਹੁੰਦੇ ਨੇ। ਇਸੇ ਤਰ੍ਹਾਂ ਜੇ ਕਹਿ ਲਓ ਅੱਜ ਤੱਕ ਪੰਥ ਇਹੀ ਨਹੀਂ ਫੈਸਲਾ ਕਰ ਸਕਿਆ ਕਿ ਮੀਟ ਬਾਰੇ ਜਿਹੜਾ ਫੈਸਲਾ ਹੈਗਾ ਕਿ ਮੀਟ ਖਾਣਾ ਕਿ ਨਹੀਂ ਖਾਣਾ, ਚਲੋ ਮੀਟ ਦਾ ਮਸਲਾ ਤੇ ਮੈਂ ਇੰਨਾ ਵੱਡਾ ਨਹੀਂ ਮੰਨਦਾ, ਲੇਕਿਨ ਪੰਥ ਦੇ ਵਿੱਚ ਹੀ ਦੋ ਸਮਾਜ ਬਣ ਜਾਣ ਕਿ ਇੱਕ ਸੰਤ ਸਮਾਜ ਤੇ ਇੱਕ ਦੂਸਰਾ, ਇਹਦਾ ਮਤਲਬ ਹੈ ਵੀ ਬੜੇ ਮਸਲੇ ਨੇ। ਸਿੱਖੀ ਜਿਹੜੀ ਹੈ ਇਹ ਏਡੇ ਵੱਡਾ ਇਸ਼ੂ ਹੈਗਾ ਕਿ ਇਹਨੂੰ ਸਮਝਣ, ਜਿਹੜਾ ਸਮਝਣ ਵਾਸਤੇ ਵੀ ਗੁਰੂ ਸਾਹਿਬ ਕਿਰਪਾ ਕਰਨ ਤੇ ਫੇਰ ਹੀ ਪੰਥ ਇਹਨੂੰ ਸਮਝ ਕੇ ਇਕੱਠਾ ਹੋ ਸਕਦਾ। ਦੋ ਹੋਣ ਦਾ ਮਤਲਬ ਹੀ ਹੈ ਕਿ ਕਿਧਰੇ ਨਾ ਕਿਧਰੇ ਸਾਡੇ ਵਿੱਚ ਕਨਫਿਊਜ਼ਨ ਹੈ, ਕਿਧਰੇ ਨਾ ਕਿਧਰੇ ਸਾਡੇ ਵਿੱਚ ਨਾ ਸਮਝੀ ਹੈ। ਹੁਣ ਦੂਜੀ ਨਿਘਾਰ ਬਾਰੇ ਗੁਰਬਾਣੀ ਹੀ ਦੱਸਦੀ ਪਈ ਹੈ, ਗੁਰਬਾਣੀ 'ਚ ਥਾਂ ਥਾਂ 'ਤੇ ਆਉਂਦਾ ਹੈ ਵੀ ਕੋਟਨ ਮੈਂ ਨਾਨਕ ਕਹੂ ਨਾਰਾਇਣ ਜਾ ਚੀਤ ਇੱਕ ਅੱਧ ਨਾ ਹੀ ਰਸੀਅਣਾ। ਹਾਂਜੀ, ਗੁਰੂ ਬਾਣੀ ਵਿੱਚ ਹੀ ਆਉਂਦਾ, ਰਹਿਓ ਸੰਤ ਹੋ ਟੋਲ ਸਾਧ ਬੋ ਤੇਰੇ ਡਿੱਠੇ, ਸੰਨਿਆਸੀ ਤਪੱਸੀ ਮੁੱਖੋਂ ਇਹ ਪੰਡਿਤ ਮਿੱਠੇ। ਸੋ
ਇਹ ਜਿਹੜੀਆਂ ਚੀਜ਼ਾਂ ਨੇ, ਜੇ ਗੁਰਬਾਣੀ ਚ ਇਹਨਾਂ ਚੀਜ਼ਾਂ ਜ਼ਿਕਰ ਆਉਂਦਾ, ਇਹਦਾ ਮਤਲਬ ਉਸ ਵੇਲੇ ਵੀ ਇਹੋ ਜਿਹੇ ਇਸ਼ੂ ਸਨ ਸੰਸਾਰ ਦੇ ਵਿੱਚ। ਅਸੀਂ ਸਿੱਖ ਧਰਮ ਚ ਜੇ ਨਾ ਕਹੀਏ ਤੇ ਉਸ ਵੇਲੇ ਵੀ ਸੰਸਾਰ ਚ ਇਸ਼ੂ ਸਨ ਕਿ ਧਰਮ ਦੇ ਨਾਂ ਦੇ ਝੂਠ ਵੀ ਕਈ ਥਾਵਾਂ ਤੇ ਗਏ ਸੀ। ਸੋ ਇਹਦਾ ਜਿਹੜਾ ਹੱਲ ਹੈ, ਹੱਲ ਦੇ ਸਾਰੇ ਅਸੀਂ ਰਲ ਕੇ ਲੱਭ ਸਕਦੇ ਹਾਂ, ਇਕੱਲੇ ਮੇਰੇ ਕੋਈ ਹੱਲ ਨਹੀਂ। ਪਰ ਮੈਂ ਇਹ ਜ਼ਰੂਰ ਕਹਿੰਦਾ ਵਾ ਵੀ ਇਹ ਜੋ ਚੀਜ਼ਾਂ ਨੇ ਜਿਹੜੀਆਂ ਸਾਡੇ ਦੁਬਧਾ ਨੇ, ਤੋ ਉਹ ਇਹ ਖਤਮ ਹੋਣੀਆਂ ਜ਼ਰੂਰੀ ਨੇ, ਸ਼ਾਇਦ ਉਹ ਇਸ ਚੀਜ਼ ਚ ਹੈਲਪਫੁੱਲ ਹੋਣ। ਇੰਨਾ ਕਹਿ ਕੇ ਮੈਂ ਜੀ ਖਿਮਾ ਚਾਹਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਰ ਇੰਦਰਜੀਤ ਸਿੰਘ ਜੀ ਵਾਸੂ, ਡਾਕਟਰ ਸਾਹਿਬ ਤੁਸੀਂ ਦੱਸੋ, ਜਿਹੜੇ ਇਹਨਾਂ ਨੇ ਸਵਾਲ ਪੈਦਾ ਕੀਤੇ ਨੇ ਇਹਨਾਂ ਦੇ ਵਿੱਚ ਵੀ ਤੁਸੀਂ ਦੱਸੋ, ਚਾਹੇ ਉਹ ਸ਼ਬਦ ਗੁਰੂ ਵਰਸ ਸੰਤ ਸਮਾਜ। ਮੈਂ ਤਾਂ ਇੰਨਾ ਹੀ ਕਹਾਂਗਾ ਕਿ ਉਹਦੇ ਵਿੱਚ ਜਿਹੜੇ ਸੰਤ ਸਮਾਜ ਉਹ ਵਿਰਲੇ ਸੰਤ ਕੋਈ ਨੇ, ਸੰਤ ਤਾਂ ਜਿਹੜੇ ਹੈ ਜੀ ਇਹ ਜਿਹੜੇ ਡੇਰੇ ਪਖੰਡੀ ਬਾਬੇ ਜਿਹੜੇ ਨੇ ਆਪੋ ਆਪਣੇ, ਜਿਹਨਾਂ ਨੇ ਗੱਦੀਆਂ ਚਲਾਈਆਂ ਡੇਰੇ ਚਲਾਏ ਨੇ, ਮਾਲੋ ਮਾਲ ਭਰਪੂਰ ਨੇ, ਤੇ ਉਹਨਾਂ ਦੀਆਂ ਕਰਤੂਤਾਂ ਵੀ ਜੋ ਅਸੀਂ ਸੁਣਦੇ ਹਾਂ ਜੋ ਕੁਛ ਹੋ ਰਿਹਾ ਉਹ ਵੀ ਕਿਸੇ ਤੋਂ ਗੁੱਝਾ ਨਹੀਂ ਸੰਸਾਰ ਦੇ ਵਿੱਚੋਂ। ਹਾਂ ਜਿਹੜੇ ਗੁਰੂ ਚਰਨਾਂ ਦੇ ਨਾਲ ਜੋੜਦੇ ਨੇ ਭਾਈ ਮੁਬਾਰਕ ਹੋਣ ਉਹਨਾਂ ਨੂੰ, ਪਰ ਉਦਾਂ ਦੇ ਵਿਰਲੇ ਨੇ। ਕਦੇ ਅਸੀਂ ਕਦੇ ਭਾਈ ਵੀਰ ਸਿੰਘ ਨੂੰ ਵੀ ਕਿਹਾ ਵੀ ਸੰਤ ਸੀ, ਕਦੇ ਅਸੀਂ ਪ੍ਰੋਫੈਸਰ ਸਾਹਿਬ ਸਿੰਘ ਨੂੰ ਵੀ ਕਿਹਾ ਵੀ ਉਹ ਸੰਤ ਸੀ, ਜਿਨ੍ਹਾਂ ਨੇ ਜਿਨ੍ਹਾਂ ਦੀ ਸੰਤਤਾਈ ਕਰਕੇ ਅੱਜ ਸਿੱਖ ਪੰਥ ਦੇ ਵਿੱਚ ਵਿਵੇਕ ਬੁੱਧੀ ਪੈਦਾ ਹੋਈ ਹੈ, ਇਧਰਲੇ ਪਾਸੇ ਨੂੰ ਲੱਗੇ ਹੋਏ ਨੇ। ਪਰ ਨਹੀਂ, ਅਸੀਂ ਤਾਂ ਹੋਰਾਂ ਨੂੰ ਹੀ ਜਿਹਨੇ ਉੱਤੋਂ ਦੇਖਣ ਨੂੰ ਗੋਲ ਪੱਗ ਬੰਨ ਲਈ, ਲੰਬਾ ਚੋਲਾ ਪਾ ਲਿਆ, ਮਾਫ਼ ਕਰਨਾ ਮੈਨੂੰ ਗੁਸਤਾਖੀ, ਮਾਫ਼ ਪਲੀਜ਼, ਜਿਨ੍ਹਾਂ ਨੇ ਬਹਿਰੂਪੀਏ ਨੂੰ ਅਸੀਂ ਤਾਂ ਸੰਤ ਬਣਾਤਾ। ਸੰਤ ਤਾਂ ਅਵਸਥਾ ਦਾ ਨਾਂ ਹੈ ਹਾਂਜੀ, ਪਰ ਜਿਹੜੇ ਕੋਈ ਦੂਜੇ ਪਾਸੇ ਹੈ ਭਾਈ ਜਿਹੜਾ ਪੰਥ ਦੇ ਵਿੱਚ ਨਿਗਾਰ, ਜਿਹੜਾ ਤੁਸੀਂ ਏਕਤਾ ਉਦੋਂ ਨਹੀਂ ਹੋਈ ਹੁਣ ਨਹੀਂ ਹੋਈ, ਏਕਤਾ ਤਾਂ ਗੁਰੂ ਨਾਨਕ ਦੇਵ ਜੀ ਦੇ ਪੁੱਤਰਾਂ ਨੇ ਨਹੀਂ ਮੰਨੀ। ਪਰ ਇਹਦਾ ਮਤਲਬ ਇਹ ਥੋੜਾ ਗੁਰੂ ਨਾਨਕ ਜੀ ਨੇ ਪ੍ਰਚਾਰ ਬੰਦ ਕਰਤਾ, ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਪੁੱਤਰਾਂ ਦੇ ਬੰਨੀਆਂ ਵਿਰੋਧ ਹੋਇਆ, ਪ੍ਰਚਾਰ ਨਹੀਂ ਬੰਦ ਕੀਤਾ, ਪਰ ਉਹਨਾਂ ਨੇ ਵੱਡੀ ਲਕੀਰ ਖਿੱਚੀ ਵੀ ਭਾਈ ਅਸਲੀਅਤ ਕੀ ਹੈ, ਕੀ ਕਰਨ ਦੀ ਲੋੜ ਆ, ਉਹ ਸਾਡੇ ਲਈ ਉਪਦੇਸ਼ ਸੀ। ਮੈਂ ਆਪਦੀ ਤੂਤੀ ਬੰਦ ਕਰਾਂ ਤੇ ਮੈਂ ਹਾਂਜੀ ਡਾਕਟਰ ਇੰਦਰਜੀਤ ਸਿੰਘ ਜੀ ਵਾਸੂ ਤੁਸੀਂ ਦੱਸੋ ਜੀ, ਇਹ ਜਿਹੜੀਆਂ ਗੱਲਾਂ ਇਹਨਾਂ ਨੇ ਕੀਤੀਆਂ ਨੇ ਨਿਗਾਰ ਦੇ ਲਈ, ਤੁਸੀਂ ਦੱਸੋ ਸਾਨੂੰ ਕੀ ਕਰਨ ਦੀ ਲੋੜ ਹੈ ਮੁੜ ਸੁਰਜੀਤ ਕਰਨ ਲਈ ਖਾਲਸੇ ਗੁਣਾਂ ਨੂੰ ਤੇ ਪੰਥਕ ਏਕਤਾ ਲਈ। ਇਹ ਤਾਂ ਸ਼ਬਦ ਹੈ, ਬੋਲੀ ਦੇ ਸ਼ਬਦ ਹੈਗੇ ਨੇ, ਸੰਤ ਹੋ ਗਿਆ, ਭਗਤ ਹੋ ਗਿਆ, ਗੁਰੂ ਗੁਰਮੁਖ ਹੋ ਗਿਆ, ਇਹ ਸ਼ਬਦਾਵਲਾਂ ਦੇ ਚ ਆਪਾਂ ਨਹੀਂ ਫਸਣਾ ਚਾਹੀਦਾ। ਇਹ ਸ਼ਬਦਾਂ ਦਾ ਨਜਾਇਜ਼ ਫਾਇਦਾ ਵੀ ਉਠਾਇਆ ਜਾਂਦਾ ਹੈ। ਉਹ ਅਸਲੀ ਜਿਹੜਾ ਗੱਲ ਹੈ ਵੀ ਅਧਿਆਤਮਕ ਮਾਰਗ ਦੇ ਸਾਰੇ ਪੰਥ ਹੀ ਨੇ। ਅਸੀਂ ਆਪਣੀ ਸ਼ਖਸੀਅਤ ਨੂੰ ਸੰਪੂਰਨ ਕਰਨ ਵੱਲ ਵੱਧ ਰਹੇ ਹਾਂ। ਰੱਬ ਅਸੀਂ ਨਾਂ ਰੱਖਿਆ ਹੋਇਆ ਕਿ ਸ਼ਖਸੀਅਤ ਸੰਪੂਰਨ ਦਾ ਨਾਮ ਅਸੀਂ ਰੱਬ ਰੱਖ ਲਿਆ, ਅਨੰਤ ਹੋਣ ਦਾ ਨਾਮ ਅਸੀਂ ਰੱਬ ਰੱਖਿਆ ਹੋਇਆ। ਤੇ ਇਹ ਸਾਰੇ ਜਿਹੜੇ ਪੰਥ ਹੀ ਨੇ, ਸੰਤ ਭਗਤ ਗੁਰਮੁਖ, ਇਹ ਸਾਰੇ ਹੀ ਸੰਪੂਰਨਤਾ ਵੱਲ ਜਾ ਰਹੇ ਪੰਥ ਹੀ ਹਨ। ਸਾਨੂੰ ਇਸ ਤਰ੍ਹਾਂ ਆਪਣੇ ਆਪ ਨੂੰ ਜਿਹੜੀ ਮਨੁੱਖ ਜਿਹੜਾ ਹੈ ਨਾ, ਉਹਦੀ ਜਿਹੜੀ ਜ਼ਮੀਰ ਹੈ ਉਹ ਰੱਬੀ ਹੁਕਮ ਵਿੱਚ ਢਲੀ ਹੋਣੀ ਚਾਹੀਦੀ ਹੈ। ਜ਼ਮੀਰ ਜਿਹੜੀ ਹੈ ਉਹ ਪੰਜ ਵਿਕਾਰਾਂ ਨੂੰ ਫਾਉਣ ਵਾਲੀ ਹੋਣੀ ਚਾਹੀਦੀ ਤੇ ਗੁਰੂ ਦੇ ਨਕਸ਼ ਵਿੱਚ ਆਪਣੇ ਆਪ ਨੂੰ ਢਾਲਣਾ ਚਾਹੀਦਾ। ਜੋ ਗੁਰੂ ਦਾ ਨਕਸ਼ ਸੀ, ਜੋ ਗੁਰੂ ਦਾ ਕਰੈਕਟਰ ਸੀ, ਸਿੱਖ ਤੇ ਗੁਰੂ ਵਿੱਚ ਭੇਦ ਨਹੀਂ ਹੋਣਾ ਚਾਹੀਦਾ। ਸਿੱਖ ਤੇ ਗੁਰੂ ਇੱਕ ਨੇ ਸਾਡੇ ਧਰਮ ਵਿੱਚ, ਵਾਹਿਗੁਰੂ ਆਪੇ ਗੁਰ ਚੇਲਾ ਦੀ ਅਵਸਥਾ ਹੈ। ਤੋ ਚੇਲੇ ਜਿਹੜੇ ਨੇ ਸਿੱਖ ਨੇ, ਇਹ ਗੁਰੂ ਤੋਂ ਕਿਵੇਂ ਅਲੈਦਾ ਹੋ ਸਕਦੇ ਨੇ?
ਜਦੋਂ ਲਹਿਜ਼ਾ ਹੋਣ ਦਾ ਯਤਨ ਕਰਨਗੇ, ਜਦੋਂ ਪਦਾਰਥਵਾਦ, ਜਦੋਂ ਦੁਨਿਆਵੀ ਇਹਨਾਂ ਨੂੰ ਰੰਗ ਰੂਪ ਚੜੇਗਾ, ਸਮਝ ਲਓ ਉਹ ਗੁਰੂ ਤੋਂ ਅਲੈਦਾ ਹੋ ਜਾਣਗੇ। ਤੋ ਆਪਣੀ ਤਸੀਰ ਤੇ ਆਪਣੇ ਅਮਲ ਉਹ ਗੁਰੂ ਵਰਗੇ ਹੋਣੇ ਚਾਹੀਦੇ, ਔਰ ਆਤਮਾ ਸੋਝ ਵਾਲੀ ਹੋਣੀ ਚਾਹੀਦੀ ਹੈ। ਪਤਾ ਲੱਗੇ ਕਿ ਇਹ ਆਤਮਾ ਦੇ ਵਿੱਚ ਬਿਊਟੀ ਹੈ, ਇਹ ਆਤਮਾ ਵਿੱਚ ਸੰਪੂਰਨਤਾ ਹੈ। ਸੋਝ ਕਿਵੇਂ ਪੈਦਾ ਹੋਏਗਾ ਆਤਮਾ ਵਿੱਚੋਂ? ਜਿਹੜੀ ਆਤਮਾ ਸੁਤੰਤਰ ਹੋਏਗੀ ਉਹੀ ਲੋਕਾਂ ਨੂੰ ਗਾਈਡ ਕਰ ਸਕਦੀ ਹੈ। ਪਹਿਲਾ ਗੁਣ ਹੈ ਆਤਮਾ ਦਾ ਸੁਤੰਤਰ ਹੋਣਾ, ਦੂਜਾ ਗੁਣ ਹੈ ਆਤਮਾ ਦਾ ਨਿਰਭਉ ਹੋਣਾ, ਔਰ ਆਪਣੇ ਆਪ ਨੂੰ ਰੱਬੀ ਹੋਂਦ ਮੰਨਣਾ। ਜਿਹੜੀ ਸਾਡੇ ਚ ਦੇਖੋ, ਜਿਹੜੀ ਰੱਬ ਹੈ ਉਹਦੇ ਚ ਇੱਕ ਸੂਲ ਹੈ, ਪਰਮ ਹਸਤੀ ਜਿਹੜੀ ਹੈ ਉਹਦੇ ਚ ਇੱਕ ਨਿਯਮ ਹੈ ਕਿ ਪਰਮ ਹਸਤੀ ਏਕ ਤੋਂ ਅਨੇਕ ਹੋ ਜਾਂਦੀ ਹੈ। ਉਹ ਸਾਡੇ ਵਿੱਚ ਵੀ ਉਹ ਏਕ ਤੋਂ ਅਨੇਕ ਹੋਈ ਹੈ। ਅਸੀਂ ਜਦੋਂ ਕਹਿੰਦੇ ਹਾਂ ਜੀ ਪਰਮਾਤਮਾ ਸਭ ਵਿੱਚ ਹੈ, ਅਸੀਂ ਦੂਜਿਆਂ ਨੂੰ ਮੁਖਾਲਫ ਕਰ ਰਹੇ ਹੁੰਦੇ ਹਾਂ, ਉਹ ਬਈ ਸਭ ਵਿੱਚ ਆਪਾਂ ਵੀ ਆ ਜਾਂਦੇ ਹਾਂ। ਰੱਬ ਸਾਡੇ ਵਿੱਚ ਵੀ ਹੈ, ਔਰ ਜਿਹੜੀ ਸਾਡੀ ਮਨੁੱਖੀ ਹੋਂਦ ਹੈ ਇਹਨੂੰ ਪੰਜ ਖਤਰੇ ਜਿਹੜੇ ਨੇ, ਕਾਮ, ਕ੍ਰੋਧ, ਲੋਭ, ਓਂਕਾਰ, ਜਾਂ ਗੁਰੂ ਨਾਨਕ ਨੇ ਕਿਹਾ ਸੀ ਕਿ ਰਾਜ, ਮਾਲ, ਰੂਪ, ਜਾਤ, ਜੋਬਨ, ਪੰਜੇ ਠੱਗ, ਇਹ ਠੱਗਾਂ ਦੁਆਰਾ ਅਸੀਂ ਠੱਗੇ ਪਜਾਈਏ। ਗੁਰੂ ਸਾਹਿਬ ਨੇ ਆਖਿਆ ਸੀ ਕਿ ਜੋਬਨ ਪੰਜੇ ਠੱਗ, ਇੰਨੀ ਠੱਗੀ ਜੱਗ ਠੱਗਿਆ ਕਿਸੇ ਨੇ ਰੱਖੀ ਲੱਗ। ਇਹਨਾਂ ਨੇ ਜੱਗ ਨੂੰ ਠੱਗ ਲਿਆ, ਇਹਨਾਂ ਕਿਸੇ ਦੀ ਇੱਜ਼ਤ ਰਹਿਣ ਨਹੀਂ ਦੇਣੀ। ਰਾਜ ਦੀ ਇੱਛਾ ਨੇ, ਜਾਇਦਾਦਾਂ ਦੀ ਇੱਛਾ ਨੇ, ਔਰ ਰੂਪ ਇਹ ਫਲਾਣਾ ਗੋਰਾ ਹੈ, ਕਾਲਾ ਹੈ, ਇਹ ਨਸਲੀ ਵਿਤਕਰੇ ਜਿਹੜੇ ਨੇ, ਇਹ ਜਿਹੜੀ ਜਵਾਨੀ ਹੈ ਜਾਂ ਉੱਚੀ ਨੀਵੀਂ ਜਾਤ ਦਾ ਖਿਆਲ ਹੈ, ਇਹਨਾਂ ਠੱਗਾਂ ਤੋਂ, ਇਹਨਾਂ ਠੱਗਣ ਠੱਗ ਸੇ। ਜਿਹੜਾ ਇਹਨਾਂ ਪੰਜਾਂ ਨੂੰ ਠੱਗ ਲਏਗਾ ਅਸਲੀ ਠੱਗ ਉਹ ਹੈ ਜਿਹੜਾ ਇਹਨਾਂ ਦੀ ਪ੍ਰਭਾਵ ਨੂੰ ਨਕਾਰ ਦੇਗਾ। ਸੋ ਜਿਹੜੇ ਮਨੁੱਖ ਦੀ ਦੇਖੋ, ਖਾਲਸਾ ਆਜ਼ਾਦ ਹਸਤੀ ਨੂੰ ਕਹਿੰਦੇ ਨੇ, ਖਾਲਸਾ ਜੋ ਹੈ ਆਜ਼ਾਦ ਹੈ, ਵਿਕਾਰਾਂ ਤੋਂ ਵੀ ਆਜ਼ਾਦ ਹੈ, ਔਰ ਜਾਤ ਪਾਤੀ ਵਰਨ ਵੰਡ ਤੋਂ ਵੀ ਆਜ਼ਾਦ ਹੈ, ਔਰ ਖਾਲਸਾ ਜੋ ਹੈ ਉਹ, ਮੈਂ ਕਹਿੰਦਾ ਖਾਲਸਾ ਅਕਾਲ ਪੁਰਖ ਕੀ ਫੌਜ, ਸਿੱਧੀ ਗੱਲ ਹੈ ਕਿ ਸਾਰੇ ਵਿਚੋਲੇ ਰੱਦ ਕਰਨੇ ਚਾਹੀਦੇ ਨੇ। ਕੋਈ ਵੀ ਵਿਚੋਲਾ ਜਿਹੜਾ, ਕੋਈ ਵੀ ਪਦਵੀ ਹੈ, ਕੋਈ ਵੀ ਸੰਸਾਰੀ ਰੁਤਬਾ ਹੈ, ਉਹ ਖਾਲਸੇ ਦੇ ਮੇਚ ਨਹੀਂ ਹੈ, ਕਿਉਂਕਿ ਖਾਲਸਾ ਅਕਾਲ ਪੁਰਖ ਹੈ। ਖਾਲਸੇ ਦੇ ਬੋਲ ਵਾਲੇ ਹੋਣੇ ਨੇ ਜਦੋਂ ਖਾਲਸੇ ਨੇ ਗੁਰੂ ਨੂੰ ਆਪਣੇ ਅੰਦਰ ਧਾਰਨ ਕਰ ਲੈਣਾ। ਅੱਜ ਸਾਰੇ ਦੇਸ਼ਾਂ ਵਿੱਚ ਖਾਲਸੇ ਦੀ ਜੈ ਜੈਕਾਰ ਹੈ, ਕੋਈ MP ਬਣ ਰਿਹਾ, ਕੋਈ MLA ਬਣ ਰਿਹਾ। ਕਿਉਂ ਬਣ ਰਿਹਾ? ਕਿਉਂਕਿ ਗੁਰੂ ਨਾਨਕ ਦੇ ਜਿਹੜੇ ਸੇਵਾ ਦੇ ਅਸੂਲ ਨੇ, ਗੁਰੂ ਨਾਨਕ ਦੇ ਜਿਹੜੇ ਲੀਡਰਸ਼ਿਪ ਦੇ ਅਸੂਲ ਨੇ ਉਹਨਾਂ ਅਪਣਾਏ ਹੋਏ ਨੇ। ਉਹ ਘਰਾਂ 'ਚ ਨਹੀਂ ਬੈਠੇ, ਸਿੱਖ ਜਿਹੜੇ MP ਬਣਦੇ ਨੇ ਘਰਾਂ 'ਚ ਨਹੀਂ ਬੈਠੇ, ਉਹ ਸਮਾਜ ਵਿੱਚ ਨੇ, ਉਹ ਸੇਵਾ ਕਰ ਰਹੇ ਨੇ, ਉਹ ਪਰਉਪਕਾਰੀ ਨੇ, ਉਹ ਸਿਮਰਨ ਕਰ ਰਹੇ ਨੇ। ਸੋ ਸਾਨੂੰ ਚਾਹੀਦਾ ਕਿ ਅਸੀਂ ਗੁਰੂ ਦੇ ਨੇੜੇ ਰਹੀਏ, ਗੁਰੂ ਦਾ ਇੱਕ ਰੂਪ ਹੋਈਏ, ਤੇ ਆਪਣੀ ਆਤਮਾ ਵਿੱਚ ਜੋ ਵੀ ਗੁਰੂ ਤੋਂ ਬਿਨਾਂ ਹੈ ਉਹਨਾਂ ਸਾਰੇ ਜੋ ਮਲਬਾ ਇਕੱਠਾ ਹੋ ਗਿਆ, ਅੰਦਰ ਬਹੁਤ ਮਲਬਾ, ਇਸ ਮਲਬੇ ਨੂੰ ਬਾਹਰ ਕੱਢ ਕੇ ਇੱਕ ਨਵੀਂ ਇਮਾਰਤ ਜਿਹੜੀ ਖਾਲਸੇ ਦੀ ਬਣਨੀ ਚਾਹੀਦੀ ਹੈ। ਧੰਨਵਾਦ ਜੀ। ਵਾਹ ਜੀ ਵਾਹ ਜੀ, ਬਿਊਟੀਫੁਲ ਬਿਊਟੀਫੁਲ।
ਕਿਹਾ ਤੁਸੀਂ, ਮੈਂ ਇੱਕ ਹੀ ਗੱਲ ਕਹਿ ਦਿਆਂਗਾ, ਜੋ ਤੁਸੀਂ ਗੱਲ ਕੀਤੀ ਆ ਸਾਰੇ ਜੋ ਤੁਸੀਂ ਨਕਸ਼ਾ ਜਿਹੜਾ ਖਿੱਚਿਆ ਜੋ ਦੱਸਿਆ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਧਨ ਜੀਓ ਤੇ ਮੁੱਖ ਮੈਂ, ਮੁੱਖ ਤੇ ਹਰ ਚਿੱਤ ਮੈਂ ਯੁੱਧ ਵਿਚਾਰਾ, ਵੀ ਇੱਕ ਪਾਸੇ ਸਿਮਰਨ ਹੈ, ਜਿੱਥੋਂ ਪ੍ਰਿੰਸੀਪਲ ਧਰਮ ਸਿੰਘ ਨੇ ਗੱਲ ਕੀਤੀ ਸੀ, ਹਾਂਜੀ ਵੀ ਇੱਕ ਪਾਸੇ ਸਿਮਰਨ ਹੈ, ਵਾਹਿਗੁਰੂ ਦੀ ਜੀ ਯਾਦ ਹੈ, ਚਿੱਤ ਮੈਂ ਯੁੱਧ ਵਿਚਾਰਾ, ਉਹ ਜਿਹੜਾ ਯੁੱਧ ਹੈ ਕੱਲਾ ਬਾਹਰ ਕਿਰਪਾਨ ਦੇ ਨਾਲ ਸ਼ਸਤਰਾਂ ਦੇ ਨਾਲ ਯੁੱਧ ਨਹੀਂ, ਕੱਲਾ ਉਹ ਯੁੱਧ ਵੀ ਹੈ ਅੰਦਰ ਆਪਦੇ ਅੰਤਰਾਤਮੇ ਵਿਕਾਰਾਂ ਦੇ ਨਾਲ, ਜਿਹੜੀ ਮਲੀਨ ਵਿਅਕਤੀ ਹੈ ਉਹਦੇ ਨਾਲ ਵੀ ਯੁੱਧ ਹੈ। ਤੇ ਖੈਰ ਤੇ ਇਹ ਵੀ ਕਹਿਤਾ ਭਾਈ ਇਹ ਜਿੱਤਣ ਲਈ ਨਾਲ ਕਿਤੇ ਗਿਆਨੇ ਕੀ ਵੱਢਣੀ ਮਨੋ ਹੱਥ ਲੈ ਕਤਰ ਤੱਕ ਤੋਂ ਵਾਰ ਬਹਾਰ ਹੈ, ਬਈ ਭਾਈ ਤੈਨੂੰ ਗਿਆਨ ਚਾਹੀਦਾ, ਐਵੇਂ ਨੀ ਮਹਾਰਾਜ ਨੇ ਕਿਹਾ ਸੀ ਗਿਆਨ ਗੁਰੂ ਆਤਮ ਉਪਦੇਸ਼ੋ। ਹਾਂਜੀ ਪ੍ਰਿੰਸੀਪਲ ਧਰਮ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੋਗੇ ਇਸੇ ਇਸ, ਤੁਸੀਂ ਕੁਛ ਕਹਿਣਾ ਚਾਹੁੰਦੇ ਸੀ? ਸੋਰੀ ਗੋ ਹੈ ਜੀ, ਮੈਂ ਇਸ ਤੋਂ ਬਾਅਦ ਡਾਕਟਰ ਜਨਕ ਸਿੰਘ ਜੀ ਤੁਹਾਡੇ ਵੱਲ ਆਉਂਦੇ ਹਾਂ। ਹਾਂਜੀ ਪ੍ਰਿੰਸੀਪਲ ਧਰਮ, ਇੱਕ ਤੇ ਬੇਨਤੀ ਕਰਨੀ ਸੀਗੀ, ਉਹ ਜਿਹੜੇ ਭੈਣ ਜੀ ਹੋਰਾਂ ਨੇ ਗੱਲ ਕੀਤੀ ਸੀਗੀ ਵੀ ਖਾਲਸਾ ਜਿਹੜਾ ਜੇ ਗੁਰੂ ਦਾ ਰੂਪ ਹੈ ਤੇ ਗੁਰੂ ਚ ਕਦੇ ਊਣਤਾਈ ਨਹੀਂ ਹੁੰਦੀ ਤੇ ਵੀ ਇਹ ਕਿਉਂ, ਉਹਦਾ ਮੈਂ ਉਹਨਾਂ ਦੇ ਜਿਹੜਾ ਹੈਗਾ ਨਾ ਪ੍ਰਸ਼ਨ, ਉਹ ਕੋਈ ਏਡਾ ਇਹ ਨੀ ਗਾ ਵੀ ਉਹਨਾਂ ਨੇ ਕੋਈ ਘਟੀਆ ਕਿਹਾ, ਪਰ ਉਹਦਾ ਥੋੜੀ ਜਿਹੀ ਇਹ ਆ ਕਿ ਇਹ ਸਮੇਂ ਦੇ ਨਾਲ ਜਿਹੜੇ ਪਹਿਲੇ ਗੁਰਮੁਖ ਜੇ ਚੜ੍ਹਦੀ ਕਲਾ ਵਾਲੇ ਹੁੰਦੇ ਨੇ ਉਹ ਆਪਣੀ ਜ਼ਿੰਦਗੀ ਬਿਤਾ ਕੇ ਚਲੇ ਜਾਂਦੇ, ਉਹਨਾਂ ਦੀ ਥਾਂ ਤੇ ਕਈ ਵਾਰ ਮਤਲਬੀ ਤੇ ਖੁਦ ਗਰਜ਼ ਆ ਜਾਂਦੇ ਨੇ। ਇਹ ਗੁਰੂ ਸਾਹਿਬ ਦੇ ਵੇਲੇ ਵੀ ਹੁੰਦਾ ਰਿਹਾ, ਜਿਵੇਂ ਮਸੰਦ ਪ੍ਰਥਾ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਸ਼ੁਰੂ ਕੀਤੀ ਸੀ ਤੇ ਉਹ ਪਹਿਲੇ ਜਿਹੜੇ ਗੁਜ਼ਰਦੇ ਗਏ ਅੱਗੋਂ ਉਹਨਾਂ ਦੇ ਜਿਹੜੇ ਵਾਰਸ ਆਉਂਦੇ ਰਹੇ ਤੇ ਉਹ ਕਿੱਥੋਂ ਤੱਕ ਨਿਗਾਰ ਆ ਗਿਆ ਤੇ ਗੁਰੂ ਸਾਹਿਬ ਜੀ ਨੂੰ ਉਹਨਾਂ ਨੂੰ ਖਤਮ ਕਰਨਾ ਪਿਆ ਸੀਗਾ। ਦੂਸਰੀ ਗੱਲ ਜਿਹੜੀ ਡਾਕਟਰ ਕੁਲਵਿੰਦਰ ਸਿੰਘ ਹੋਰਾਂ ਨੇ ਕਿਹਾ ਮਤ ਭੇਦਾਂ ਦੀ, ਅਸਲ ਦੇ ਵਿੱਚ ਜਿਹੜੀ ਸਾਡੇ ਸਿੱਖ ਰਹਿਤ ਮਰਜ਼ਾਦਾ ਉਹਦੇ ਵਿੱਚ ਸਾਰੇ ਮਸਲਿਆਂ ਦਾ ਹੱਲ ਕੀਤਾ ਹੋਇਆ। ਗੱਲ ਫਿਰ ਉੱਥੇ ਹੀ ਆਉਂਦੀ ਆ ਕਿ ਜਿਹੜੇ ਖੁਦ ਗਰਜ ਤੇ ਮਤਲਬ ਪ੍ਰਸਤ ਹੁੰਦੇ ਜਿਹੜੇ ਧਰਮ ਦੇ ਨਾਮ ਤੇ ਧਨ ਦੌਲਤ ਐਸ਼ੋ ਇਸ਼ਰਤ ਤੇ ਉਹਨਾਂ ਚ 100% ਨਹੀਂ ਪਰ ਬਹੁ ਬਹੁ ਗਿਣਤੀ ਇਹੋ ਜਿਹੀ ਹੋ ਜਾਂਦੀ, ਨਹੀਂ ਤੇ ਸਾਡੇ ਗੁਰੂ ਸਾਹਿਬ ਜੀ ਦਾ ਇੱਕ ਸ਼ਬਦ ਆ ਧਨ ਧਨ ਭਾਗ ਤਿੰਨਾ ਭਗਤ ਜਨਾ ਜੋ ਹਰ ਹਰ ਮੁਖ ਕਹਿਤਿਆ। ਫਿਰ ਕਹਿੰਦੇ ਧਨ ਧਨ ਭਾਗ ਤਿੰਨਾ ਸੰਤ ਜਨਾ ਜੋ ਹਰ ਗੁਣ ਗਾਏ ਗੁਣੀ ਜਨ ਬੰਟਿਆ। ਸ਼ਾਇਦ ਮੈਂ ਪੰਕਤੀ ਥੋੜਾ ਬਹੁਤ ਅੱਗੇ ਪਿੱਛੇ ਹੋ ਜਾਵਾਂ। ਫਿਰ ਸਾਧ ਜਨਾਂ ਦਾ ਕੀਤਾ ਹੈ ਧਨ ਧਨ ਭਾਗ ਤਿੰਨਾ ਸਾਧ ਜਨਾ ਜੋ ਹਰ ਕੀਰਤਨ ਦੀ ਗੱਲ ਆ ਵੀ ਕਰਦੇ ਨੇ। ਤੇ ਫਿਰ ਆਉਂਦਾ ਹੈ ਗੁਣੀ ਜਨ ਬੰਟੇ ਆ, ਹਾਂਜੀ ਹਾਂਜੀ ਗੁਰਮੁਖਾਂ ਜੋ ਗੁਰ ਸਿੱਖ ਲੈ ਮਨ ਜਿਣਤੇ, ਜਿਹੜੇ ਗੁਰੂ ਦੀ ਸਿੱਖਿਆ ਲੈ ਕੇ ਮਨ ਨੂੰ ਜਿੱਤ ਲੈਂਦੇ ਉਹਨਾਂ ਗੁਰਮੁਖਾਂ ਦੇ ਵੀ ਧਨ ਭਾਗ। ਤੇ ਅਖੀਰ ਤੇ ਆ ਕੇ ਗੁਰੂ ਜੀ ਨੇ ਨਿਰਣਾ ਕੀਤਾ ਕਿ ਸਭ ਤੋਂ ਵੱਡੇ ਭਾਗ ਜੋ ਗੁਰ ਚਰਣੀ ਜੋ ਗੁਰ ਚਰਣੀ ਸਿੱਖ ਪੜਤਿਆ, ਕਿ ਜਿਹੜਾ ਗੁਰੂ ਦੇ ਚਰਨਾਂ ਦੇ ਵਿੱਚ ਪੈ ਜਾਂਦਾ ਆ ਆਪਣਾ ਆਪਾਂ ਗੁਰੂ ਨੂੰ ਸਮਰਪਣ ਕਰ ਦਿੰਦਾ ਉਹਦਾ ਸਾਰਿਆਂ ਤੋਂ ਵੱਡੇ ਭਾਗ ਨੇ ਉਹ ਸੰਤਾਂ ਤੋਂ ਭਗਤਾਂ ਤੋਂ ਗੁਰਮੁਖਾਂ ਤੋਂ ਸਾਧਾਂ ਤੋਂ ਸਾਰਿਆਂ ਤੋਂ ਉੱਚਾ। ਇਹਦਾ ਮਤਲਬ ਵੀ ਗੁਰਸਿੱਖ ਹੀ ਉਹ ਆ ਜਿਹੜਾ ਗੁਰੂ ਨੂੰ ਆਪਣਾ ਆਪਾਂ ਸਮਰਪਿਤ ਕਰਕੇ ਉਹਦੇ ਚਰਨਾਂ ਚ ਪਿਆ ਰਹਿੰਦਾ। ਹਾਂਜੀ ਬਿਊਟੀਫੁਲ ਹਰਮਿੰਦਰ ਸਿੰਘ ਜੀ, ਦੋ ਬੰਦੇ ਹੋਰ ਵੀ ਹੈ, ਮਿਹਰਬਾਨ ਸਿੰਘ ਜੀ ਵੀ ਹੈ ਤੇ ਜਸਵੀਰ ਸਿੰਘ ਵਾਟਿਆ ਜੀ ਵੀ ਹੈ। ਮੇਰੇ ਤਾਂ ਇੱਥੇ ਆ ਨਹੀਂ ਰਹੇ, ਇੱਥੇ ਆਈ ਡੋਂਟ ਸੀ ਦੇਮ। ਹਾਂਜੀ ਹੈ, ਦੇਖਿਓ
ਅੱਛਾ ਲਿਆਓ ਫਿਰ ਆਪਾਂ ਅੱਗੇ। ਹਾਂਜੀ ਡਾਕਟਰ ਜਨਕ ਸਿੰਘ ਜੀ, ਤੁਸੀਂ ਦੱਸੋ ਆਪਦੇ ਵਿਚਾਰ ਨਾਓ ਆਈ ਸੀ ਵੀਰ ਜੀ ਜਸਵੀਰ ਸਿੰਘ ਹੁਣਾਂ ਨੂੰ। ਹਾਂਜੀ ਮੈਂ ਡਾਕਟਰ ਜਨਕ ਸਿੰਘ ਹੁਣਾਂ ਤੋਂ ਪਹਿਲਾਂ ਲੈਣਾ ਵਿਚਾਰ, ਉਸ ਤੋਂ ਬਾਅਦ ਵੀਰ ਜੀ ਜਸਵੀਰ ਸਿੰਘ ਜੀ ਤੁਹਾਡੇ ਵੱਲ ਆਉਂਦੇ ਹਾਂ। ਹਾਂਜੀ ਡਾਕਟਰ ਜਨਕ ਸਿੰਘ ਜੀ, ਮੇਰੇ ਵਿਚਾਰ ਵਿੱਚ ਬੜੀ ਗੈਰ ਗੰਭੀਰ ਸਕਾਲਰ ਦੀ ਡਿਸਕਸ਼ਨ ਹੋ ਚੁੱਕੀ ਹੈ, ਉਹਦੇ ਵਿੱਚ ਮੇਰੇ ਵਾਸਤੇ ਕੋਈ ਬਹੁਤਾ ਐਡ ਕਰਨ ਨੂੰ ਬਚਿਆ ਨਹੀਂ। ਮੈਂ ਸਿਰਫ ਇੰਨਾ ਕਹਾਂਗਾ ਕਿ ਜਿਹੜੇ ਵੀ ਸੰਤ ਡੇਰੇ ਜਿੱਥੇ ਜਿੱਥੇ ਵੀ ਚੱਲ ਰਹੇ ਨੇ, ਸਾਨੂੰ ਉਹਨਾਂ ਨੂੰ ਡਿਸਮੈਂਟਲ ਕਰਨ ਦੀ ਲੋੜ ਨਹੀਂ, ਸਾਨੂੰ ਉਹਨਾਂ ਨੂੰ ਸੁਧਾਰਨ ਦੀ ਲੋੜ ਹੈ ਥੋੜ੍ਹੀ ਜਿਹੀ। ਦਾ ਮੁੱਢਲਾ ਉਹਨਾਂ ਦਾ ਜਿਹੜਾ ਟਾਰਗੇਟ ਸੀਗਾ, ਜਿਹੜਾ ਸਿੱਖੀ ਪ੍ਰਚਾਰ ਜਾਂ ਅੰਮ੍ਰਿਤ ਸੰਚਾਰ ਡਿਫਰੈਂਟ ਥਾਵਾਂ 'ਤੇ ਜਾ ਕੇ ਜਿਹੜਾ ਉਹਨਾਂ ਨੇ ਸ਼ੁਰੂ ਕੀਤਾ ਸੀਗਾ, ਉਸ ਤੋਂ ਬਾਅਦ ਜਿਹੜਾ ਸ਼ਖਸ ਪ੍ਰਸਤੀ ਜਿਹੜੀ ਸ਼ੁਰੂ ਹੋ ਗਈ ਆ, ਉਸ ਨੂੰ ਬਾਹਰ ਕੱਢ ਕੇ ਧਰਮ ਪ੍ਰਚਾਰ ਵਾਸਤੇ ਉਹਨਾਂ ਦਾ ਰੁਝਾਨ ਜਿਹੜਾ ਹੈ ਉਹ ਵਧੇਰੇ ਵਧਾਉਣਾ ਚਾਹੀਦਾ। ਅਤੇ ਉਹਨਾਂ ਨੂੰ ਡਿਸਮੈਂਟਲ ਕਰਕੇ ਅਸੀਂ ਕੁਝ ਵੀ ਨਹੀਂ ਗੇਨ ਕਰ ਸਕਦੇ, ਵੀ ਵਿਲ ਲੂਜ਼ ਲੋਟਸ ਆਫ ਥਿੰਗਸ ਇਨ ਦੈਟ। ਰਿਫੋਰਮ ਦੀ ਲੋੜ ਹੈ, ਉਹਨਾਂ ਨੂੰ ਸਪੈਸ਼ਲ ਸਕੂਲਿੰਗ ਦੀ ਲੋੜ ਹੈ ਕਿ ਤੁਹਾਡਾ ਮੁੱਢਲਾ ਪਰਪਸ ਜਿਹੜਾ ਹੈ ਸਿਧਾਂਤਾਂ ਦੀ ਪ੍ਰਚਾਰ ਦਾ ਪ੍ਰਚਾਰ ਕਰਨਾ, ਉਹਦੇ ਵਿੱਚ ਉਹਨਾਂ ਦਾ ਰੁਝਾਨ ਹੋਣਾ ਚਾਹੀਦਾ, ਨਾ ਕਿ ਇੰਡੀਵਿਜੁਅਲ ਦੀ ਆਪਣੀ ਜਿਹੜੀ ਹੋਂਦ ਹੈ ਉਸ ਦੀ ਜਿਹੜੀ ਪ੍ਰੋੜਤਾ ਜਿਹੜੀ ਹੈ ਉਹ ਲੋਕਾਂ ਵਿੱਚ ਵਧਾਈ ਜਾਏ, ਤਾਂ ਕਿ ਉਹ ਪੂਜਨੀਕ ਬਣਨਾ ਸ਼ੁਰੂ ਹੋ ਜਾਂਦੇ ਨੇ ਅਤੇ ਜਿਹੜਾ ਸਾਹਿਬ ਜਿਹੜਾ ਜਿਹੜਾ ਉਦੇਸ਼ ਆ ਸਾਡਾ ਉਹ ਢਿੱਲਾ ਪੈ ਜਾਂਦਾ। ਮੇਰਾ ਇਸ ਵਾਸਤੇ ਇਹ ਖਿਆਲ ਹੈ ਜਿਹੜੀ ਮੈਂ ਅੱਜ, ਕਿਉਂਕਿ ਡਿਸਕਸ਼ਨ ਬੜੀ ਸਕਾਲਰਲੀ ਹੋ ਚੁੱਕੀ ਹੈ, ਮੈਂ ਬੜਾ ਬਰੀਫਲੀ ਜੋ ਮੈਂ ਅੱਜ ਵਾਸਤੇ ਮਟੀਰੀਅਲ ਰੱਖਿਆ ਸੀਗਾ ਉਹ ਮੈਂ ਥੋੜ੍ਹਾ ਆਪ ਨੂੰ ਪੜ੍ਹ ਕੇ ਸੁਣਾ ਦੇਣਾ। ਉਹ ਮੈਂ ਗੁਰੂ ਗੋਬਿੰਦ ਸਿੰਘ ਜੀ ਦੇ ਅਕਾਲ ਉਸਤਤ ਔਰ ਬਚਿੱਤਰ ਨਾਟਕ ਦੇ ਕੁਝ ਕੋਰਸ ਨੇ ਜਿਹੜੇ 2-4 ਮਿੰਟ 'ਚ ਪੜ੍ਹ ਕੇ ਸੁਣਾ ਦੇਣਾ। ਅਕਾਲ ਉਸਤਤ ਪੇਜ 10 'ਤੇ ਗੁਰੂ ਸਾਹਿਬ ਕਹਿ ਰਹੇ ਨੇ ਇਹ ਜਿੰਨੇ ਵੀ ਕੋਰਸ ਨੇ ਇਹ ਗੁਰੂ ਗ੍ਰੰਥ ਸਾਹਿਬ ਨਾਲ ਇੰਨਾ ਮੈਚ ਕਰਦੇ ਨੇ ਕਿ ਲੱਗਦਾ ਜਿਵੇਂ ਅਸੀਂ ਗੁਰੂ ਗ੍ਰੰਥ ਸਾਹਿਬ ਪੜ੍ਹ ਰਹੇ ਹਾਂ। ਇਸ ਵਾਸਤੇ ਮੈਂ ਕੋਰਸ ਚੁਣ ਕੇ ਰੱਖੇ ਨੇ। ਸਭ ਕੋ ਕਾਲ ਸਭਨ ਕੋ ਕਰਤਾ, ਰੋਗ ਸੋਗ ਦੋਖਨ ਕੋ ਹਰਤਾ, ਏਕ ਚਿੱਤ ਚੇ ਇੱਕ ਛਿਨ ਤਿਹਾਇਓ, ਕਾਲ ਫਾਸ ਕੇ ਬੀਜ ਨਾ ਆਇਓ। ਗੁਰੂ ਸਾਹਿਬ ਇੱਕ ਛਿਨ ਜਿਨ ਇੱਕ ਛਿੱਤ ਤੇ ਆਇਓ। ਪੇਜ 11 ਤੋਂ ਬ੍ਰਹਮਾ ਬਿਸਨ ਅੰਤ ਨਾ ਪਾਇਓ, ਇਹ ਵੀ ਗੁਰੂ ਗ੍ਰੰਥ ਸਾਹਿਬ ਜੀ ਬਾਰ ਬਾਰ ਮੈਨਸ਼ਨ ਹੋ ਰਿਹਾ ਕਿ ਉਹ ਹੈਗੇ ਨੇ ਲੇਕਿਨ ਉਹਨਾਂ ਉਹ ਅੰਤ ਨਹੀਂ ਪਾ ਸਕੇ ਉਹਦਾ। ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਵੀ ਕਹਿ ਰਹੇ ਨੇ ਬ੍ਰਹਮਾ ਬਿਸਨ ਅੰਤ ਨਾ ਪਾਇਓ। ਪੇਜ 29 ਤੇ ਕਹਿ ਰਹੇ ਨੇ ਸਾਚ ਕਹੋ ਸੁਣ ਲਿਓ ਸਭਾ, ਅਸੀਂ ਸਾਰੇ ਜਾਣਦੇ ਹਾਂ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਅਕਾਲ ਉਸਤਤ 86 ਪੇਜ ਤੇ ਕਹਿੰਦੇ ਨੇ ਅੱਲਾ ਅਪੇਕ ਸੋਈ ਪੁਰਾਨ ਐ ਕੁਰਾਨ ਹੋਈ, ਏਕ ਹੀ ਸਰੂਪ ਸਭ ਏਕ ਹੀ ਬਣਾਓ। ਪੇਜ 165 ਤੇ ਗੁਰੂ ਸਾਹਿਬ ਕਹਿ ਰਹੇ ਨੇ ਨਾ ਜੰਤਰ ਮੈਂ ਨਾ ਤੰਤਰ ਮੈਂ ਨਾ ਮੰਤਰ ਮੈਂ ਸਿਵ ਆਵੇ, ਕੁਰਾਨ ਐ ਕੁਰਾਨ ਨੇਤ ਨੇਤ ਕੈ ਬਤਾਵੇ, ਨਾ ਕਰਮ ਮੈਂ ਨਾ ਧਰਮ ਮੈਂ ਨਾ ਪਰਮ ਮੈਂ ਬਤਾਵੇ, ਅਗੰਜ ਆ ਦੇਵ ਹੈ ਕਹੋ ਸੋ ਕੈਸ ਪਾਈਏ। ਚਿੱਤਰ ਨਾਟਕ 64-65 ਦੇ ਕਹਿ ਰਹੇ ਨੇ ਬ੍ਰਹਮਾਚਾਰੀ ਵੇਦ ਬਣਾਓ ਬਣਾਏ, ਸਰਬ ਲੋਕ ਤੇ ਕਰਮ ਚਲਾਏ,
ਜਿਨ ਕੀ ਲਿਵ ਹਰ ਚਰਨ ਲਾਗੀ ਤੇ ਬੇਦਨ ਤੇ ਭੇਹ ਤਿਆਗੀ। ਫਿਰ ਪੇਜ 66 ਤੇ ਗੁਰੂ ਸਾਹਿਬ ਕਹਿ ਰਹੇ ਨੇ, ਜੋ ਪ੍ਰਭ ਪਰਮ ਪੁਰਖ ਉਪਜਾਏ ਤਿੰਨ ਤਿੰਨ ਆਪਣੇ ਰਾਹ ਚਲਾਏ, ਮਹਾਦੀਨ ਤਬ ਪ੍ਰਭ ਉਪਰਾਜਾ, ਅਰਬ ਦੇਸ਼ ਕੋ ਕੀਨੋ ਰਾਜਾ। ਇਹ ਮੁਹੰਮਦ ਸਾਹਿਬ ਬਾਰੇ ਕਹਿ ਰਹੇ। ਪੇਜ 75 ਦੇ ਗੁਰੂ ਸਾਹਿਬ ਕਹਿ ਰਹੇ ਨੇ, ਹਾਥ ਹਿਲਾਏ ਸੁਰਗ ਨਾ ਜਾਓ, ਜੋ ਮਨ ਜੀਤ ਸਕਾ ਨਹੀਂ ਕਹੋ। ਜਿਹੜਾ ਮਨ ਨਹੀਂ ਜਿੱਤ ਸਕਿਆ ਉਹ ਕਿਵੇਂ ਕਿਤੇ ਵੀ ਜਾ ਸਕਦਾ। ਪੇਜ 75 ਤੇ ਫਿਰ ਕਹਿ ਰਹੇ ਨੇ, ਜੋ ਨਿਜ ਪ੍ਰਭ ਮੋਸੋ ਕਹਾ, ਸੋ ਕਹਿਓ ਜਗ ਮਾਹੇ, ਜੋ ਤੇ ਪ੍ਰਭ ਕੋ ਧਿਆਏ ਹੈ ਨੰਤ ਸੁਰਖ ਕੋ ਜਾਹੇ। ਤੁਰਕੀ ਬਾਣੀ ਆਈ, ਤੁਰਕੀ ਬਾਣੀ ਨਾਲ ਮੈਚ ਕਰ ਰਹੀ ਹੈ ਇਹ ਚੀਜ਼। ਪੇਜ 76 ਤੇ ਕਹਿ ਰਹੇ ਨੇ, ਹਰ ਹਰ ਜਨ ਦੋਇ ਏਕ ਹੈ, ਬਿਵ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉ ਜਲ ਹੀ ਬਿਖੈ ਸਮਾਏ। ਤੇ ਆਖਿਰ ਵਿੱਚ ਪੇਜ 76 ਤੇ ਕਹਿ ਰਹੇ ਨੇ, ਜੇ ਜੇ ਬਾਦ ਕਰਤ ਹੰਕਾਰਾ, ਤਿੰਨ ਤੇ ਪਿੰਡ ਰਹਿਤ ਕਰਤਾਰਾ, ਵੇਦ ਕਿਤੇਬ ਲਿਖੇ ਹਰ ਨਾਹੀ, ਕਿਆ ਲਿਹੁ ਹਰ ਜਨ ਮਨ ਮਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਥੈਂਕ ਯੂ ਫਾਰ ਸ਼ੇਅਰਿੰਗ ਜੀ। ਹਾਂਜੀ ਵੀਰ ਜੀ, ਜਸਵੀਰ ਸਿੰਘ ਜੀ ਪਾਟੀਆ, ਵੈਲਕਮ ਟੂ ਦਾ ਪ੍ਰੋਗਰਾਮ। ਸੋਰੀ ਆਈ ਡਿਡਨਟ ਸੀ ਤੁਹਾਨੂੰ ਤੇ ਮਿਹਰਬਾਨ ਸਿੰਘ ਹੋਣਾ ਨੂੰ, ਪਰ ਹੁਣ ਦਿਸ ਯੋਰ ਟਰਨ। 5-6 ਮਿੰਟਾਂ ਲਈ ਤੁਸੀਂ ਦੱਸੋ, ਜਿਹੜੀ ਅਸੀਂ ਗੱਲ ਜਿਹੜੀ ਤੁਸੀਂ ਸੁਣ ਚੁੱਕੇ ਹੋ ਵੀ ਖਾਲਸੇ ਦੇ ਗੁਣਾਂ ਤੋਂ ਤੇ ਖਾਲਸੇ ਦੇ ਜਿਹੜੇ ਉਹ ਗੁਣੇ ਜਿਹੜੇ ਅਲੋਪ ਹੋ ਰਹੇ ਨੇ, ਉਹ ਜਿਹੜਾ ਨਿਘਾਰ ਆਇਆ, ਉਹਨਾਂ ਨੂੰ ਮੁੜ ਸੁਰਜੀਤ ਕਰਨ ਲਈ ਸਾਨੂੰ ਕੀ ਕਰਨਾ ਚਾਹੀਦਾ ਜੀ? ਆਪਦੇ ਵਿਚਾਰ ਦੱਸੋ ਜੀ, 5-6 ਮਿੰਟਾਂ ਲਈ। ਹਾਂਜੀ, ਮੈਂ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਫਤਿਹ। ਇਹ ਜੋ ਸਬਜੈਕਟ ਹੈ, ਅਸੀਂ ਇੱਕ ਬੜਾ ਥਿਓਰੀਟੀਕਲ ਸਬਜੈਕਟ ਡਿਸਕਸ ਕਰ ਰਹੇ ਹਾਂ। ਅਸੀਂ ਜਿਸ ਸੰਸਾਰ ਵਿੱਚ ਰਹਿ ਰਹੇ ਹਾਂ, ਅਸੀਂ ਦੇਖਣਾ ਹੈ ਸੰਸਾਰ ਦਾ ਵਾਤਾਵਰਣ ਕੀ ਹੈ। ਜੋ ਗੁਰੂ ਸਾਹਿਬਾਂ ਨੇ ਕਿਹਾ ਹੈ ਆਪਣੇ ਸਿੱਖਾਂ ਨੂੰ ਬਹੁਤ ਉੱਚੇ ਉੱਚੇ ਮਿਆਰ ਦਾ, ਉਹਨਾਂ ਦਾ ਬੜਾ ਉਚਾਰਨ ਉੱਚਾ ਕਰਨ ਵਾਸਤੇ ਸ਼ਬਦ ਕਹੇ ਹਨ, ਪਰ ਅਸੀਂ ਉਹਨੂੰ ਲਿਟਰਲੀ ਲੈ ਰਹੇ ਹਾਂ। ਕੋਈ ਵੀ ਅਕਾਲ ਪੁਰਖ ਦਾ ਰੂਪ ਨਹੀਂ ਬਣ ਸਕਦਾ, ਕੋਈ ਇਨਸਾਨ ਨਹੀਂ ਬਣ ਸਕਦਾ, ਉਹਦਾ ਤਾਂ ਉਹ ਬੇਅੰਤ ਹੈ। ਉਹਨਾਂ ਦੇ ਗੁਰੂ ਨਾਨਕ ਦੇ ਆਪ ਜੀ ਪੜ੍ਹ ਰਹੇ ਹੋ ਕਿ ਜਿੱਥੇ ਦੇਵੀ ਦੇਵਤਾ ਹੋਏ ਨੇ, ਅਗਰ ਹੋਏ ਉਹ ਵੀ ਉਹਨਾਂ ਦਾ ਅੰਤ ਨਹੀਂ ਜਾਣ ਸਕੇ, ਅਸੀਂ ਇਨਸਾਨ ਕੀ ਜਾਣ ਸਕਦੇ ਹਾਂ, ਕਿਸੇ ਬਰਾਬਰ ਹੋ ਸਕਦੇ ਹਾਂ। ਇਹ ਕਹਿਣ ਦਾ ਤਰੀਕਾ ਇਸ ਮੈਟਾਫੋਰਿਕ ਵੇ ਆਫ ਸੇਇੰਗ ਕਿ ਭਾਈ ਜਿਹੜੇ ਅੱਛੇ ਮਨ ਨੂੰ ਜਿੱਤ ਲੈਂਦੇ ਨੇ, ਜੇ ਅੱਛੇ ਇਨਸਾਨ ਬਣ ਜਾਂਦੇ ਨੇ, ਉਹ ਪਰਮਾਤਮਾ ਵਰਗੇ ਹੋ ਜਾਂਦੇ ਨੇ। ਲੇਕਿਨ ਇਟਸ ਨਾਟ, ਵੀ ਕਾਂਟ ਟੇਕ ਇਟ ਲਾਈਕ ਏ ਮੈਥਮੈਟੀਕਲ ਇਕੁਏਸ਼ਨ, ਵੀ ਹਾਂ ਯੈਸ ਇਟ ਇਜ਼ ਇਕੁਅਲ ਟੂ ਦੈਟ, ਇਟਸ ਨਾਟ ਪੋਸੀਬਲ। ਸੋ ਅਸੀਂ ਇੱਕ ਬੜਾ ਥਿਓਰੀਟੀਕਲ ਵੇ ਹੈਗਾ ਸਾਡਾ ਡਿਸਕਸ ਕਰਨ ਦਾ। ਤੁਸੀਂ ਗੱਲ ਇਹ ਹੈ ਜੀ ਕਿ ਜਦੋਂ ਗੁਰੂ ਸਾਹਿਬ ਦੇ ਟਾਈਮ ਤੇ ਭੀੜ ਆਈ, ਖਾਲਸੇ ਦੇ ਉੱਪਰ ਭੀੜ ਆਈ ਔਰ ਲੜਾਈਆਂ ਕਰਨੀਆਂ ਪਈਆਂ, ਉਸ ਵੇਲੇ ਜੋ ਸਪਿਰਿਟ ਸੀ, ਜੋ ਉਤਸ਼ਾਹ ਸੀ, ਉਹ ਹੋਰ ਸੀ। ਹੁਣ ਜ਼ਮਾਨਾ ਬਦਲ ਗਿਆ, ਸਮਾਂ ਬਦਲ ਗਿਆ ਹੈ, ਪੀਸ ਦਾ ਟਾਈਮ ਰਿਹਾ ਹੈ। ਹੁਣ ਪ੍ਰਭਾਵ ਮਾਇਆ ਦਾ ਪ੍ਰਭਾਵ ਬਹੁਤ ਜ਼ਿਆਦਾ ਹੋ ਚੁੱਕਿਆ ਹੈ ਸੰਸਾਰ ਦੇ ਜੀਵਨ 'ਚ। ਜਿੰਨੀ ਜਿੰਨੀ ਤਰੱਕੀ ਹੋ ਰਹੀ ਹੈ, ਜਿਹੜੀ ਜਿਹੜੀ ਟੈਕਨੋਲੋਜੀ ਤਰੱਕੀ ਕਰ ਰਹੀ ਹੈ, ਉਹਦੇ ਹਿਸਾਬ ਨਾਲ ਸਾਡੀ ਲਗਜ਼ਰੀ ਦੀਆਂ ਚੀਜ਼ਾਂ ਵਧੀ ਜਾ ਰਹੀਆਂ ਨੇ। ਸੋ ਇਨਸਾਨ ਜਿਹੜਾ ਜ਼ਿਆਦਾਤਰ ਜੋ ਹੈ ਇਸ ਪਾਸੇ ਧਿਆਨ ਜ਼ਿਆਦਾ ਹੋ ਗਿਆ। ਅਸੀਂ ਆਪਣੇ ਅੰਦਰ ਝਾਤੀ ਮਾਰੀਏ, ਮੈਂ ਕਿਸੇ ਨੂੰ ਪੁਆਇੰਟ ਆਊਟ ਨਹੀਂ ਕਰਨਾ ਚਾਹੁੰਦਾ, ਜੇ ਆਪਣੇ ਅੰਦਰ ਝਾਤੀ ਮਾਰੀ ਹੋ, ਕਿਆ ਸਾਡਾ ਜੀਵਨ ਉਹ ਪੁਰਾਤਨ ਲੋਕਾਂ ਵਰਗਾ ਹੈ
ਜ਼ਿਆਦਾਤਰ ਤਾਂ ਖੰਨਾ ਰੋਟੀ ਖਾ ਕੇ ਜੰਗਲਾਂ 'ਚ ਬੈਠ ਕੇ ਬੱਗੀ ਸਕਦੇ, ਕਿਆ ਅਸੀਂ ਅੱਜ ਕਰ ਸਕਦੇ ਹਾਂ, ਔਰ ਜਿੰਨੀ ਮਰਜ਼ੀ ਸੱਚੀ ਹੋਈਏ। ਸੋ ਇਹ ਗੱਲ ਬੜੀ ਥੋੜ੍ਹੀ ਜਿਹੀ ਪ੍ਰੈਕਟੀਕਲ ਨਹੀਂ ਹੈ, ਲੇਕਿਨ ਇਹ ਗੱਲ ਜ਼ਰੂਰ ਹੈ ਕਿ ਜੋ ਖਾਲਸਾ ਸੀ ਉਹਦਾ ਉਹਦਾ ਜੋ ਵਿਹਾਰ ਹੈ, ਉਹਦਾ ਆਚਾਰ ਹੈ, ਬਹੁਤ ਹੀ ਉੱਚਾ ਹੋਣਾ ਚਾਹੀਦਾ ਹੈ। ਔਰ ਅਸੀਂ ਜੋ ਦੇਖਦੇ ਹਾਂ ਕਿਸ ਤਰ੍ਹਾਂ ਸਾਡੇ ਬੜੇ ਵੱਡੇ ਵੱਡੇ ਇਨਸਾਨ ਜੋ ਪਰਸਨੈਲਿਟੀਜ਼ ਹਨ, ਬੜੇ ਅੰਮ੍ਰਿਤਧਾਰੀ ਹਨ, ਕਿਸ ਤਰ੍ਹਾਂ ਉਹ ਪੈਸੇ ਦੇ ਪਿੱਛੇ ਤੁਰੇ ਫਿਰਦੇ ਹਨ। ਮੈਂ ਕਿਸੇ ਦਾ ਨਾਂ ਨਹੀਂ ਲਾਵਾਂ ਤਾਂ ਅੱਛਾ ਹੀ ਹੈ, ਕੋਈ ਆਪਣੇ ਨੂੰ ਸੰਤ ਖਵਾਉਂਦਾ ਹੈ, ਕੋਈ ਆਦਮੀ ਨੂੰ ਬਾਬੇ ਖਵਾਉਂਦਾ ਹੈ, ਲੇਕਿਨ ਧਿਆਨ ਆਉਂਦਾ ਇਸੇ ਪਾਸੇ ਹੁੰਦਾ ਹੈ ਕਿ ਵੀ ਸਾਨੂੰ ਕਿਸ ਤਰ੍ਹਾਂ ਕਿਸੋ ਪੈਸੇ ਮਿਲ ਜਾਣ। ਮੈਂ ਗੱਲ ਦੱਸਦਾ, ਇੱਕ ਛੋਟਾ ਜਿਹਾ ਕਿੱਸਾ ਐਕਚੁਅਲ ਸਾਡੇ ਨਾਲ ਹੋਇਆ। ਅਰਲੈਂਡੋ ਗੁਰਦੁਆਰੇ ਵਿੱਚ ਇੱਕ ਬਹੁਤ ਉੱਚੇ ਰਾਗੀ ਆਏ, ਬੜੇ ਮਸ਼ਹੂਰ ਰਾਗੀ, ਆਪਣੇ ਆਪ ਨੂੰ ਸੰਤ ਕਹਿੰਦੇ, ਅਤੇ ਲੰਗਰ ਸਮੇਂ ਮੇਰੇ ਮਿਸਿਸ ਉਹਨਾਂ ਨੂੰ ਥੋੜ੍ਹਾ ਜਾਣਦੇ ਸੀ ਕਿ ਅਸੀਂ ਰੋਜ਼ੇ ਤੋਂ ਉੱਤੇ ਮਿਲੇ ਸੀ, ਅਤੇ ਕਹਿਣ ਲੱਗੇ ਭਾਈ ਸਾਹਿਬ ਜੀ ਮੈਂ ਤੁਹਾਨੂੰ ਉੱਥੇ ਮਿਲੀ ਸੀ। ਅੱਛਾ ਭੈਣ ਜੀ ਦੱਸੋ, ਤੁਹਾਡੀ ਸੰਗਤ 'ਚ ਡਾਕਟਰ ਕਿਹੜੇ ਨੇ, ਕਿਹੜੇ ਕਿਹੜੇ ਨੇ, ਉਹਦਾ ਨਾਂ ਦੱਸੋ, ਉਹਨਾਂ ਟੈਲੀਫੋਨ ਸਾਨੂੰ ਨੰਬਰ ਦਿਓ। ਕਿਉਂ? ਕਿਉਂਕਿ ਉਹਨਾਂ ਨੂੰ ਕਾਲ ਕਰਨਗੇ, ਘਰ ਘਰ ਜਾ ਕੇ ਉਹਨਾਂ ਕੋਲ ਕੀਰਤਨ ਕਰਨਗੇ, ਕਿਉਂਕਿ ਪਤਾ ਹੈ ਕਿ ਡਾਕਟਰ ਲੋਕ ਨੇ ਪੈਸਾ ਜਾ ਦੇਣਗੇ। ਸੋ ਇਹ ਅਸੀਂ ਮਾਇਆਤਾਰੀ ਹੋ ਗਏ ਹਾਂ ਸਾਰੇ ਦੇ ਸਾਰੇ। ਔਰ ਇਸ ਵਾਸਤੇ ਉਹ ਖਾਲਸਾ ਦਾ ਜੋ ਤਸੱਵਰ ਹੈ ਉਹ ਠੀਕ ਹੈ, ਬਹੁਤ ਥਿਓਰੀਟੀਕਲ ਹੈ, ਲੇਕਿਨ ਜੀਵਨ ਦੇ ਵਿੱਚ ਹੁਣ ਉਹ ਅਪਲਾਈ ਨਹੀਂ ਹੋ ਰਿਹਾ। ਇਸ ਵਾਸਤੇ ਸਾਡੇ 'ਚ ਗਿਰਾਵਟ ਆ ਗਈ, ਅਤੇ ਸਾਨੂੰ ਇਹ 'ਤੇ ਬਹੁਤ ਫੋਕਸ ਇੰਨਾ ਭਾਵੇਂ ਨਹੀਂ ਕਰਨਾ ਚਾਹੀਦਾ, ਐਕਸਟ੍ਰੀਮ ਲੈਵਲ ਤੱਕ ਨਹੀਂ ਜਾਣਾ ਚਾਹੀਦਾ, ਨਾ ਅਸੀਂ ਜਾ ਸਕਦੇ, ਨਾ ਇਹ ਪ੍ਰੈਕਟੀਕਲ ਹੈ। ਸੋ ਮੇਰਾ ਇਹ ਵਿਚਾਰ ਰੱਖਾਂ ਕਿ ਮੈਂ ਤਾਂ ਪ੍ਰੈਕਟੀਕਲ ਸੋਚਦਾ ਜੋ ਸੰਸਾਰ ਵਿੱਚ ਹੋ ਰਿਹਾ, ਇਸ ਕਰਕੇ ਗਿਰਾਵਟ ਦਾ ਹੋਣਾ ਲਾਜ਼ਮੀ ਹੈ। ਮੈਂ ਤਾਂ ਦੇਖਿਆ ਜੀ ਆਪਣੇ ਜੀਵਨ 'ਚ, ਚੰਡੀਗੜ੍ਹ ਦੇ ਵਿੱਚ ਸਾਡੇ ਘਰ ਸੀ ਮੋਹਾਲੀ ਵਿੱਚ, ਅਤੇ ਇੱਕ ਵਾਰੀ ਮੀਟਰ ਪੂਰਾ ਖਰਾਬ ਸੀ ਪਾਣੀ ਦਾ, ਅਤੇ ਕੋਈ ਸੱਜਣ ਆਏ ਠੀਕ ਕਰਨ ਵਾਸਤੇ, ਬਸ ਉਹ ਅੰਮ੍ਰਿਤ ਛਕਿਆ, ਕਿਰਪਾਨ ਪਾਈ ਹੋਈ, ਪੰਜ ਕਰਕੇ ਜ਼ਖਮੀ ਹੋਏ, ਅਤੇ ਠੀਕ ਕਰਨ ਤੋਂ ਬਾਅਦ ਭਾਈ ਸਾਹਿਬ ਕਹਿੰਦੇ ਜੀ ਤੁਸੀਂ ਕਦੀਆਂ ਦੇ ਪੈਸੇ ਦੇ ਦਿਓ ਜੀ ਥੋੜ੍ਹੇ ਜਿਹੇ, ਯੂਨੋ ਇਸ ਇਸ ਹੱਦ ਤੱਕ ਗਿਰਾਵਟ ਆ ਚੁੱਕੀ ਹੈ। ਸੋ ਕੀ ਉਮੀਦ ਕਰ ਸਕਦੇ ਹਾਂ ਅਸੀਂ ਇਸ ਵਾਸਤੇ? ਮੈਂ ਤਾਂ ਇਹੀ ਸਮਝਦਾ ਕਿ ਹੁਣ ਸਾਨੂੰ ਸੋਚ ਜਿਹੜੀ ਸਾਡੀ ਵੱਖਰੀ ਹੋਣੀ ਚਾਹੀਦੀ ਹੈ, ਜੋ ਗੁਰੂ ਸਾਹਿਬਾਂ ਨੇ ਕਿਹਾ ਸਚਾਰ ਹੋਣ ਦੀ ਲੋੜ ਹੈ, ਜਿੰਨਾ ਵੀ ਅਸੀਂ ਬਣ ਸਕੀਏ। ਉਸ ਤੋਂ ਇਲਾਵਾ ਉਮੀਦ ਰੱਖਣੀ ਕਿ ਅਸੀਂ ਜਾ ਕੇ ਜੰਗਾਂ ਲੜਾਂਗੇ, 1,25,000 ਸੇਕ ਲੜਾਓ, 84 ਵਿੱਚ ਇੰਨੇ ਦੰਗੇ ਹੋਏ, ਕੋਈ 1,25,000 ਤੇ ਲੜਾਈ ਤਾਂ ਨਿਕਲਿਆ ਨਹੀਂ ਕੋਈ, ਕਿਸ ਤਰ੍ਹਾਂ ਸਾਡੇ ਬੱਚੇ ਔਰਤਾਂ ਬੀਵੀਆਂ ਮਾਰੇ ਗਏ। ਚਲੋ ਖੈਰ, ਇਹ ਲੜਨ ਦੁਖਾਂਤ ਹੈ, ਮੈਂ ਜ਼ਿਆਦਾ ਉਸ ਪਾਸੇ ਨਾ ਜਾਵਾਂ। ਸੋ ਵੀ ਹੈਵ ਟੂ ਥਿੰਕ ਪ੍ਰੈਕਟੀਕਲ ਲਾਈਫ। ਧੰਨਵਾਦ। ਠੀਕ ਹੈ ਜੀ, ਥੈਂਕ ਯੂ ਜੀ ਤੁਹਾਡੇ ਵਿਚਾਰਾਂ ਦਾ। ਮੈਂ ਇੱਕ ਗੱਲ ਜ਼ਰੂਰ ਕਹਾਂਗਾ, ਹਰਮਿੰਦਰ ਸਿੰਘ ਨੇ ਸਿੱਖ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਬਣਨਾ, ਅਸੀਂ ਸਿੱਖ ਗੁਰੂਆਂ ਦੇ ਦੱਸੇ ਆਦਰਸ਼ਾਂ ਦੇ ਉੱਤੇ, ਜੀਵਨ ਦੇ ਉੱਤੇ, ਉਪਦੇਸ਼ਾਂ ਉੱਤੇ ਚੱਲ ਕੇ ਬਣਨਾ। ਜੇ ਅਸੀਂ ਕਿਸੇ ਬੰਦੇ ਨੂੰ ਫਾਲੋ ਕਰੀਏ ਨਾ ਜੀ, ਹੁਣ ਮਾਤੜ ਸਾਥੀ ਦੇਖਣ ਨੂੰ ਪੰਜ ਕਕਾਰੀ ਵਰਦੀ ਵੀ ਪਾਈ ਆ, ਤੇ ਉਂਝ ਵੀ ਆ ਜੀਵਨ ਦੇ ਵਿੱਚ ਝੂਠ ਵੀ ਬੋਲਦਾ, ਠੱਗੀਆਂ ਵੀ ਮਾਰਦਾ, ਲੋਕਾਂ ਦਾ ਪੈਸਾ ਵੀ ਹੜੱਪ ਕਰ ਰਿਹਾ, ਗਲਤ ਗੱਲਾਂ ਵੀ ਕਰ ਰਿਹਾ, ਉਹਦੇ ਨਾਲ ਉਹ ਮੇਰਾ ਗੁਰੂ ਨਾਨਕ ਤਾਂ ਪਾਕ ਹੈ, ਉਹ ਤਾਂ ਪਵਿੱਤਰ ਹੈ, ਸੇਮ ਹੀ ਗੁਰੂ ਗੋਬਿੰਦ ਸਿੰਘ। ਅਸੀਂ ਬੰਦੇ ਨੂੰ ਫਾਲੋ ਨਹੀਂ ਕਰਨਾ, ਇਸੇ ਲਈ ਮਹਾਰਾਜ ਨੇ ਜਦੋਂ ਆਪੇ ਗੁਰਚੇਲਾ ਬਣਾਇਆ, ਪੰਜਾਂ ਨੂੰ ਉਹ ਦਿੱਤੀ ਜਿਹੜੀ ਪੰਜ ਪ੍ਰਧਾਨੀ ਰੀਤ ਸੀ, ਤਾਂ ਕਿਉਂਕਿ ਇੱਕ ਦੇ ਵਿੱਚ ਖੁਦਗਰਜ਼ੀ ਆ ਸਕਦੀ ਹੈ, ਇੱਕ ਦੇ ਵਿੱਚ ਕੁਰੀਤੀ ਆ ਸਕਦੀ ਹੈ, ਇੱਕ ਦੇ ਵਿੱਚ ਜਦੋਂ ਪੰਜਾਂ ਦਾ ਜਿਹੜੀ ਕੁਲੈਕਟਿਵ ਸੀ ਨਾ, ਖਾਲਸਾ ਬੋਡੀ ਬਣਾਈ,
ਉਹਦਾ ਆਹੀ ਸੀ ਇੱਕ ਜਿਹੜਾ ਅਸਲੀਅਤ ਇਹਦੀ ਸੀ, ਤਾਂ ਕਿ ਉਹ ਸਰਬੋਤਮ ਸੀ। ਨਾਲੇ ਇਹ ਵੀ ਕਹਿਤਾ ਜਿਹੜੇ ਪੰਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ, ਕਿਉਂਕਿ ਜੇ ਆਪ ਨਾ ਹੋਣਗੇ ਤਾਂ ਦੂਜੇ ਪਾਸੇ ਹੋਣਗੇ। ਸਾਡੇ ਵਿੱਚ ਆਦਰਸ਼ਾਂ ਨੂੰ ਸੰਭਾਲਣ ਦੀ ਹਾਲੇ ਵੀ ਲੋਕ ਜੀ ਰਹੇ ਨੇ। ਮੈਂ ਇੱਕ ਤੁਹਾਨੂੰ ਉਦਾਹਰਨ ਦਿੰਦਾ ਵੀਰ ਜੀ, ਤੁਸੀਂ ਉਹ ਸੰਤ ਅਨੂਪ ਸਿੰਘ ਦੀ ਦਿੱਤੀ, ਮੈਨੂੰ ਵੀ ਪਤਾ, ਮੈਂ ਵੀ ਉਹਦੇ ਨਾਲ ਵਰਤਿਆ। ਮੈਂ ਕਿਹਾ ਜੀ ਤੁਹਾਨੂੰ ਲੋੜ ਨਹੀਂ, ਤੁਸੀਂ ਕਿਸੇ ਹੋਰ ਨੂੰ ਕਾਲ ਕਰਕੇ ਪ੍ਰੋਗਰਾਮ ਬਣਾਓ, ਸਾਡੇ ਕੋਲ ਤਾਂ ਸਾਡੇ ਬੱਚੇ ਬਥੇਰਾ ਵਧੀਆ ਕਰਦੇ ਨੇ, ਸਾਨੂੰ ਲੋੜ ਨਹੀਂ। ਇੱਕ ਹੋਰ ਦੱਸਦਾ, ਕੈਨੇਡਾ ਤੋਂ ਇੱਕ ਸੱਜਣ ਨੇ, ਪਤਾ ਲੱਗਿਆ ਦਰਬਾਰ ਸਾਹਿਬ ਦੇ ਬੜੇ ਗੁਰਮੁਖ ਪਿਆਰੇ ਗ੍ਰੰਥੀ ਅਤੇ ਕੀਰਤਨੀਏ ਬੜੇ ਤਕੜੇ, ਉਹਨਾਂ ਨੂੰ ਉਹਨਾਂ ਨੇ ਮਕਾਨ ਵਗੈਰਾ ਬਣਾਉਣ ਲਈ ਬੜੀ ਰਕਮ ਭੇਜੀ, ਬੜੀ ਚੋਖੀ ਰਕਮ, ਉਹਨਾਂ ਨੇ ਲਈ ਨਹੀਂ, ਵਾਪਸ ਕਰਤੀ। ਕਹਿੰਦੇ ਨਾ ਭਾਈ ਮੈਨੂੰ ਲੋੜ ਨਹੀਂ, ਮੈਂ ਤਾਂ ਇੱਥੇ ਦਰਬਾਰ ਸਾਹਿਬ ਗੁਰੂ ਰਾਮਦਾਸ ਦੇ ਘਰ ਦੇ ਵਿੱਚ ਕੀਰਤਨ ਕਰ ਰਿਹਾ, ਜੇ ਮੈਨੂੰ ਇੱਥੋਂ ਨਹੀਂ ਮਿਲ ਰਿਹਾ ਤਾਂ ਕੋਈ ਨਹੀਂ, ਉਹਦੀ ਰਜ਼ਾ ਕੁਛ ਹੋਰ ਹੈ, ਮੈਨੂੰ ਇਹ ਲੋੜ ਨਹੀਂ। ਕਿ ਇਹ ਕੋਈ ਬੀਜ ਨਾਸ ਨਹੀਂ, ਬੜੇ ਸਿੱਖ ਬੈਠੇ ਨੇ, ਬੜੀ ਦੁਨੀਆ ਬੈਠੀ ਹੈ ਜਿਹੜੀ ਇੱਥੇ ਹੈ, ਸਾਨੂੰ ਸਿਰਫ਼ ਫਾਲੋ ਕਰਨ ਦੀ ਲੋੜ ਹੈ ਜੀ। ਜਿਹੜੇ ਚੰਗੇ ਆ ਨਾ ਜੀ, ਕਹਿੰਦੇ ਨਾ ਲੋਕਾਂ ਦੇ ਪੱਕੇ ਦੇਖ ਕੇ ਆਪਦੇ ਕੱਚੇ ਨਹੀਂ ਢਾਈਦੇ, ਤੇ ਸਿਰਫ ਸਾਨੂੰ ਜਿਹੜੇ ਜਿਹੜੇ ਆਦਰਸ਼ਕ ਜੀਵਨੀਆਂ ਨੇ ਭਾਈ ਜੈਤੇ ਦੀ, ਅੱਜ ਸਵੇਰੇ ਸੁਣੀ ਅਸੀਂ ਭਾਈ ਜੀਵਨ ਸਿੰਘ ਦੀ, ਤੁਸੀਂ ਉੱਥੇ ਸਵੇਰੇ ਹੀ ਕਿੰਨੇ ਹਾਲਾਤ ਡਿਫੀਕਲਟ ਸੀ, ਕਿੰਨਿਆਂ ਦੇ ਵਿੱਚ ਕਿਵੇਂ ਉਹਨਾਂ ਨੇ ਜੀਵਨ ਘਾਲਣਾ ਕਰਤੀ, ਕਿਉਂਕਿ ਗੁਰੂ ਮਹਾਰਾਜ ਦੇ ਨਜ਼ਦੀਕੀ ਸੀ, ਸਿੱਖਿਆ ਇੰਪੋਰਟੈਂਟ ਸੀ। ਸਾਨੂੰ ਜੀਵਨ ਦੇ ਵਿੱਚ ਗੁਰੂ ਦੀ ਸਿੱਖਿਆ ਨੂੰ ਨਾ ਜੀ, ਜਿਵੇਂ ਕਹਿੰਦਾ ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦਿਓ ਭਾਈ। ਹੁਣ ਜੇ ਕੀਮ ਉਹਦੀ ਪੈ ਹੀ ਨਹੀਂ ਸਕਦੀ ਕੋਈ ਕੀਮਤ, ਪਰ ਜੇ ਮੇਰੇ ਲਈ ਉਹ ਅਮੋਲਕ ਮੈਨੂੰ ਸਮਝ ਆਊਗੀ ਤਾਂ ਹੀ ਅਮੋਲਕ ਆ ਨਾ ਮੇਰੇ ਲਈ, ਨਹੀਂ ਤਾਂ ਮੇਰੇ ਲਈ ਸਾਈਂ ਦਾ ਨਾ ਕੁਛ ਵੀ ਨਹੀਂ, ਮੇਰੇ ਲਈ ਤਾਂ ਸੋਨਾ ਚਾਂਦੀ ਹੀਰੇ ਜਵਾਹਰਾਤ ਧੰਨ ਦੌਲਤ ਅਮੋਲਕ ਹੈ। ਇੱਧਰਲੇ ਪਾਸੇ ਸਾਨੂੰ ਆਦਰਸ਼ਾਂ ਵਾਲੇ ਪਾਸੇ ਧਿਆਨ ਦੀ ਲਿਖਣ ਦੀ ਲੋੜ ਹੈ, ਜੀਵਨ ਚ ਗੁਰੂ ਸਾਹਿਬਾਂ ਦੇ ਮੈਸੇਜ ਨੂੰ ਲਿਆਉਣ ਦੀ ਲੋੜ ਹੈ, ਬੰਦੇ ਨੂੰ ਫਾਲੋ ਕਰਨ ਦੀ ਲੋੜ ਨਹੀਂ। ਗੁਰੂ ਸਾਹਿਬ ਦਾ ਜੋ ਹੁਕਮ ਹੈ ਸਚਾਰ ਬਣਨਾ ਹੈ, ਜਿਸ ਆਪ ਜੀ ਕਹਿ ਰਹੇ ਹੋ ਗੁਰੂ ਸਾਹਿਬ, ਉਹ ਸਾਡਾ ਜੀਵਨ ਦਾ ਆਦਰਸ਼ ਹੋਣਾ ਚਾਹੀਦਾ ਹੈ। ਲੇਕਿਨ ਇਹ ਕਹਿਣਾ ਹੈ ਖਾਲਸਾ ਪਰਮਾਤਮਾ ਦਾ ਰੂਪ ਬਣੇਗਾ ਤਾਂ ਹੀ ਬਣਦੀ, ਇਕੁੱਲ ਹੋਣਾ ਚਾਹੀਦਾ। ਪਰਮਾਤਮਾ ਦੇ ਗੁਣ ਸਾਡੇ ਘੱਟ ਕਿਉਂ ਰਹੇ ਨੇ? ਪਰਮਾਤਮਾ ਦੇ ਗੁਣ ਕੌਣ ਬਿਆਨ ਕਰ ਸਕਦਾ? ਬਿਆਨ ਹੀ ਕੀਤੇ ਜਾ ਸਕਦੇ, ਬਣ ਕਿਵੇਂ ਸਕਦੇ ਅਸੀਂ? ਸੋ ਮੇਰਾ ਇਹ ਕਹਿਣ ਦਾ ਭਾਵ ਸੀ, ਬਾਕੀ ਅਸੀਂ ਸਚਾਰ ਠੀਕ ਅਸੀਂ ਵਾਹਿਗੁਰੂ ਜੀ ਦੇ ਵਿੱਚ ਲੀਨਤਾ ਲੈਣੀ ਹੈ। ਨਦੀ ਜਾਂ ਬੂੰਦ ਸਮੁੰਦਰ ਦੇ ਵਿੱਚ ਪੈ ਕੇ ਸਮੁੰਦਰ ਦਾ ਰੂਪ ਹੋ ਜਾਂਦੀ, ਲੇਕਿਨ ਸਮੁੰਦਰ ਦੀ ਹਸਤੀ ਨੂੰ ਜਾਣ ਨਹੀਂ ਸਕਦੀ। ਮੇ ਬੀ ਦੈਟਸ ਵਾਟ ਯੂ ਆਰ ਟ੍ਰਾਈਂਗ ਟੂ ਸੇ। ਹਾਂਜੀ ਠੀਕ ਹੈ ਜੀ। ਹਾਂਜੀ ਡਾਕਟਰ ਮਿਹਰਵਾਨ ਸਿੰਘ ਜੀ, ਤੁਸੀਂ ਸੁਣਾਓ ਜੀ ਆਪਦੇ 4-5 ਮਿੰਟਾਂ ਲਈ ਦੱਸੋ ਆਪਦੇ ਵਿਊਜ਼, ਜੇ ਜਿਹੜੀ ਚੀਜ਼ ਨਹੀਂ ਕਵਰ ਹੋਈ ਤੇ ਕਰਨ ਦੀ ਲੋੜ ਆ ਦੱਸੋ ਜੀ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਬਹੁਤ ਕੁਝ ਕਵਰ ਹੋ ਚੁੱਕਾ ਹੈ ਜੀ। ਮੈਂ ਤੇ ਬਿਲਕੁਲ ਸ਼ੁਰੂ ਤੋਂ ਸੁਣ ਰਿਹਾ ਸੀਗਾ ਪ੍ਰੋਗਰਾਮ, ਬਹੁਤ ਸੋਹਣਾ ਡਾਕਟਰ ਆਪਣੇ ਧਰਮ ਸਿੰਘ ਜੀ ਨੇ ਬਿਲਕੁਲ ਐਗਜ਼ੈਕਟਲੀ, ਉਹਨਾਂ ਨੇ ਤੇ ਸਿਮਰਨ ਤੋਂ ਹੀ ਗੱਲ ਸ਼ੁਰੂ ਕੀਤੀ ਸੀਗੀ, ਤੇ ਉਸ ਤੋਂ ਬਾਅਦ ਫਿਰ ਜਿਹੜੇ ਹੈਗੇ ਆ ਸਾਡੇ ਕਿਰਦਾਰ ਦੀ ਗੱਲ ਕੀਤੀ ਉਹਨਾਂ ਨੇ ਕਿ ਸਾਡਾ ਕਿਰਦਾਰ ਬਿਲਕੁਲ ਕਿਸ ਤਰ੍ਹਾਂ ਚਾਹੀਦਾ, ਫਿਰ ਅਖੀਰ ਦੇ ਉੱਤੇ ਉਹ ਆਪਣਾ ਪਰਉਪਕਾਰ ਦਿੱਤੇ ਵੀ ਆ ਗਏ ਸੀਗੇ। ਕਿ ਤੇ ਮੈਂ ਵੀ ਨਾ ਇਹ ਮਹਿਸੂਸ ਕਰਦਾ ਜੀ ਕਿ ਜਿਹੜੀ ਸਿੱਖਾਂ ਦੀ ਜਿਹੜੀ ਸਾਡੀ ਓਵਰਆਲ ਜਿਹੜੀ ਸਾਡੀ ਇੰਟੈਂਸ਼ਨ ਜਿਹੜੀਆਂ ਦੇਖੋ ਬਿਲਕੁਲ ਬੈਡ ਨਹੀਂ ਹੈਗੀਆਂ। ਕੋਈ ਸਾਡਾ ਕੋਈ ਇਹੋ ਜਿਹਾ ਨਹੀਂ ਹੈਗਾ ਕਿ ਅਸੀਂ ਕਿਸੇ ਕਮਿਊਨਿਟੀ ਤੇ ਰੂਲ ਕਰਨਾ, ਤੇ ਸਿਰਫ ਸਿੰਪਲੀ ਆਪਣਾ ਜਿਹੜਾ ਪਰਉਪਕਾਰੀ ਬਿਰਤੀ ਹੈ ਸਿੱਖਾਂ ਕੋਲ, ਜੇ ਕੋਈ ਫਰੀਡਮ ਸੋ ਕਾਲਡ ਮਿਲ ਵੀ ਜਾਂਦੀ ਆ ਤੇ ਉਹਦੇ ਵਿੱਚ ਉਹਨਾਂ ਨੇ ਕਰਨਾ ਤੇ ਪਰਉਪਕਾਰ ਹੀ ਆ, ਫਿਰ ਵੀ ਲੋਕਾਂ ਦੇ ਜਿਹੜੇ ਹੈ ਕੰਮਾਂ ਚ ਆਉਣਾ। ਸੋ ਮੈਂ ਸਮਟਾਈਮਸ ਇਹ ਫੀਲ ਕਰਦਾ ਕਿ ਸਾਡੀ ਜਿਹੜੀ ਨਾ ਉਹ
ਇਮੇਜ ਜਿਹੜੀ ਹੈਗੀ ਆ ਉਹ ਮਿਸ ਰਿਪ੍ਰਜੈਂਟ ਹੋ ਜਾਂਦੀ ਹੈ ਮੋਸਟ ਆਫ ਦਾ ਟਾਈਮਸ। ਤੇ ਚਾਹੀਦਾ ਸਾਨੂੰ ਇਹ ਜਿਹੜਾ ਅੱਜ ਕੱਲ੍ਹ ਮੀਡੀਆ ਸਾਡੇ ਕੋਲ ਇੰਨਾ ਜਿਹੜੀ ਪਾਵਰਫੁਲ ਟੂਲ ਹੈਗਾ, ਤੇ ਇਹਦੇ ਵਿੱਚ ਸਾਡੀ ਵੱਧ ਤੋਂ ਵੱਧ ਜਿਹੜੀ ਹੈਗੀ ਆ, ਅਸੀਂ ਤੇ ਆਪਣਾ ਟੋਟਲ ਕੇਸ ਜਿਹੜਾ ਹੈਗਾ ਦੁਨੀਆ ਦੇ ਅੱਗੇ ਪੇਸ਼ ਨਹੀਂ ਕਰ ਸਕੇ ਅਜੇ। ਸਾਡੇ ਕੋਲ ਇਸ ਤਰ੍ਹਾਂ ਦੀਆਂ ਕੋਈ ਜਿਹੜੀਆਂ ਡੋਂਟ ਥਿੰਕ ਕੋਈ ਇਹੋ ਜਿਹੀਆਂ ਬੁੱਕਸ ਜਾਂ ਇਹੋ ਜਿਹਾ ਲਿਟਰੇਚਰ ਜਾਂ ਵੈਬਸਾਈਟ ਨੇ ਜਿੱਥੇ ਟੋਟਲ ਅਸੀਂ ਆਪਣਾ ਕੇਸ ਦੱਸ ਸਕੀਏ ਕਿ ਵੀ ਸਾਡੀ ਪ੍ਰੈਜੈਂਟ ਸਿਚੁਏਸ਼ਨ ਕੀ ਹੈ ਤੇ ਅਸੀਂ ਕਿੱਥੋਂ ਸ਼ੁਰੂ ਕੀਤਾ, ਸਾਡੇ ਜਿਹੜੇ ਗੋਲ ਕੀ ਨੇ। ਸੋ ਮੈਂ ਇਹ ਸੋਚਦਾ ਕਿ ਸਾਨੂੰ ਇਹ ਜਿਹੜੀ ਅੱਜ ਕੱਲ੍ਹ ਤੇ ਸਗੋਂ ਆਰਟੀਫਿਸ਼ਲ ਇੰਟੈਲੀਜੈਂਸ ਦੀ ਵੀ ਗੱਲ ਚੱਲਦੀ ਹੈ, ਤੇ ਉਹ ਇਹ ਬਿਲਕੁਲ ਜਿਹੜਾ ਸਾਨੂੰ ਜਿਹੜਾ ਹੈਗਾ ਇੱਕ ਤੇ ਜਿਹੜਾ ਕਰਨ ਵਾਲਾ ਕੰਮ ਇਹ ਹੈਗਾ ਕਿ ਸਾਨੂੰ ਜਿਹੜਾ ਇਸ ਪਾਸੇ ਜਿਹੜਾ ਧਿਆਨ ਦੇ ਕੇ ਵੱਧ ਤੋਂ ਵੱਧ ਜੋ ਕੁਛ ਅਸੀਂ ਕਰ ਵੀ ਰਹੇ ਹਾਂ ਜਿਵੇਂ ਖਾਲਸਾ ਏਡ ਜਾਂ ਹੋਰ ਅਦਾਰੇ ਹੈਗੇ ਨੇ, ਇਸ ਤੋਂ ਇਲਾਵਾ ਵੀ ਜਿਹੜੀ ਧਰਮ ਦੇ ਕੰਮ ਜਿਹੜੇ ਹੋ ਰਹੇ ਨੇ ਜਾਂ ਧਰਮ ਦਾ ਜਿਹੜਾ ਸਹੀ ਸਰੂਪ ਹੈਗਾ ਵੈ ਖਾਲਸੇ ਦਾ ਸਿੱਖੀ ਦਾ, ਉਹ ਪਬਲਿਕ ਤੱਕ ਜਿਹੜਾ ਹੈਗਾ ਉਹ ਪਹੁੰਚਣਾ ਚਾਹੀਦਾ। ਤੇ ਬਾਕੀ ਜਿਹੜਾ ਤੁਸੀਂ ਨਾ ਇੱਕ ਪੰਜਾਬ ਦੀ ਗੱਲ ਕਰਦੇ ਆ, ਮੈਂ ਨਾ ਸ਼ੁਰੂ ਚ ਬਚਪਨ ਤੋਂ ਹੀ ਸੁਣਦਾ, ਸਾਡੇ ਇੱਕ ਬਜ਼ੁਰਗ ਸੀਗੇ ਉਹ ਇੱਕ ਲਫ਼ਜ਼ ਯੂਜ਼ ਕਰਦੇ ਹੁੰਦੇ ਸੀਗੇ, ਕਹਿੰਦੇ ਪੰਜਾਬ ਦੇ ਵਿੱਚ ਨਾ ਸਿੱਖੀ ਬੁੱਢੀ ਹੋ ਗਈ ਹੈ। ਹੁਣ ਵੈਨ ਹੀ ਸੈਡ ਕਿ ਬੁੱਢੀ ਹੋ ਗਈ ਹੈ ਜਾਂ ਹੈ, ਤੇ ਉਹਦਾ ਮਤਲਬ ਭਾਵ ਮੈਂ ਇਹੀ ਸਮਝਦਾ ਸੀਗਾ ਕਿ ਜਿਵੇਂ ਨਾ ਪੁਰਾਣੇ ਰੁੱਖ ਜਿਹੜੇ ਨੇ ਜਾਂ ਪਲਾਂਟਸ ਨੇ ਉਹ ਹਾਰਡਨਿੰਗ ਹੋ ਜਾਂਦੀ ਆ ਉਹਨਾਂ ਦੀ, ਉਹਨਾਂ ਉੱਤੇ ਸੋਫਟਨੈਸ ਨਹੀਂ ਰਹਿੰਦੀ ਉਹਨਾਂ 'ਚ, ਤੇ ਸਿਮੀਲਰ ਜਿਹਾ ਬਿਹੇਵੀਅਰ ਜਿਹੜਾ ਪੰਜਾਬ ਦਾ ਇਸ ਵੇਲੇ ਹੈਗਾ ਸੀਗਾ। ਤੇ ਇਹਦੇ ਵਿੱਚ ਜਿਹੜਾ ਆਪਾਂ ਦੇਖੋ ਬਾਹਰ ਜਦੋਂ ਸਾਡੇ ਪ੍ਰਚਾਰ ਹੋਇਆ, ਹੁਣ ਸਾਊਥ ਦੇ ਵਿੱਚ ਪ੍ਰਚਾਰ ਹੋ ਰਿਹਾ, ਤਾਮਿਲ ਲੋਕ ਜਿਹੜੇ ਨੇ ਇਸ ਪਾਸੇ ਆ ਰਹੇ ਨੇ, ਤੇ ਸਾਨੂੰ ਜਿਹੜਾ ਉਹ ਉੱਧਰ ਹੁਣ ਫੋਕਸ ਕਰਨਾ ਚਾਹੀਦਾ। ਜਿਹੜਾ ਆਪਣੇ ਡਾਕਟਰ ਕਿਰਪਾਲ ਸਿੰਘ ਜੀ ਬਹੁਤ ਜ਼ਿਆਦਾ ਇਸ ਚੀਜ਼ 'ਤੇ ਇੰਪੋਰਟੈਂਸ ਦਿੰਦੇ ਸੀ ਕਿ ਸਾਡੀ ਜਿਹੜੀ ਹੈਗੀ ਹੈ ਦੂਸਰੇ ਲੋਕਾਂ ਦੇ ਨਾਲ ਦੂਸਰੇ ਧਰਮਾਂ ਦੇ ਨਾਲ ਇੰਟਰੈਕਸ਼ਨ ਜਿਹੜੇ ਨੇ ਬਹੁਤ ਵਧਣੇ ਚਾਹੀਦੇ ਨੇ, ਅਤੇ ਉਹਨਾਂ ਨੂੰ ਮੈਂ ਯਾਦ ਕਰਦਾ ਸੀਗਾ ਉਹਨਾਂ ਦੇ ਇਸ ਚੀਜ਼ 'ਤੇ ਬਹੁਤ ਫੋਕਸ ਹੁੰਦਾ ਸੀਗਾ ਕਿ ਆਪਣੇ ਆਪ ਨੂੰ ਸਾਨੂੰ ਜਿਹੜਾ ਦੂਸਰੇ ਲੋਕਾਂ ਦੇ ਨਾਲ ਡਿਸਕਸ ਇੰਟਰੈਕਟ ਕਰਕੇ ਦੱਸਣਾ ਚਾਹੀਦਾ ਆਪਣੇ ਬਾਰੇ ਆਪਣੀ ਕੌਮ ਬਾਰੇ। ਤੇ ਇੱਧਰ ਦੇਖੋ ਨਾ ਅਮੈਰੀਕਾ ਦੇ ਵਿੱਚ ਜੇ ਇੱਕ ਲਹਿਰ ਚੱਲੀ ਸੀਗੀ, ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਉਸ ਲਹਿਰ ਤੋਂ ਬੜਾ ਹੁੰਗਾਰਾ ਮਿਲਿਆ ਸੀ ਜਦੋਂ ਹਰਭਜਨ ਸਿੰਘ ਜੋਗੀ ਵਾਲੀ ਗੱਲ ਚੱਲੀ ਸੀਗੀ। ਬਾਅਦ ਦੇ ਵਿੱਚ ਚਾਹੇ ਮੰਨ ਲਓ ਵੀ ਉਹ ਚੀਜ਼ ਜਿਹੜਾ ਹੋਰ ਰੁਕ ਗਈ, ਲੇਕਿਨ ਜਿਹੜਾ ਕੁਛ ਇੰਸਪੀਰੇਸ਼ਨ ਜਿਹੜੀਆਂ ਹੁਣ ਸਾਨੂੰ ਨਾ ਪੰਜਾਬ ਨੂੰ ਓਵਰਆਲ ਇੰਸਪੀਰੇਸ਼ਨ ਚਾਹੀਦੀ ਹੈ, ਹੈ ਨਾ। ਸੋ ਮੈਂ ਇਹ ਫੀਲ ਕਰਦਾ ਕਿ ਸਾਨੂੰ ਜਿਹੜੀਆਂ ਆਪਣੀਆਂ ਚੀਜ਼ਾਂ ਨੇ ਹਾਈਲਾਈਟ ਕਰਨੀਆਂ ਚਾਹੀਦੀਆਂ ਨੇ, ਤੇ ਉਹਨਾਂ ਨੂੰ ਇਨਫੋਰਮੇਸ਼ਨ ਦੇ ਯੁੱਗ ਦੇ ਵਿੱਚ ਉਹਨਾਂ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ। ਬਾਕੀ ਕਿਉਂਕਿ ਲੜਾਈਆਂ ਝਗੜਿਆਂ ਦੀਆਂ ਗੱਲਾਂ ਤੇ ਸਾਡੀਆਂ ਬਹੁਤ ਜਿਹੜੀਆਂ ਉਹ ਮੂਹਰੇ ਆ ਜਾਂਦੀਆਂ, ਕਈ ਵਾਰੀ ਜਿਹੜੀ ਸਾਡੀ ਸੱਚੀ ਗੱਲ ਜਿਹੜੀ ਹੈਗੀ ਉਹ ਪਿੱਛੇ ਹੀ ਰਹਿ ਜਾਂਦੀ ਹੈ। ਸੋ ਪ੍ਰਚਾਰ ਦੀ ਬਹੁਤ ਲੋੜ ਹੈ ਜੀ, ਇੰਟਰਨੈਸ਼ਨਲ ਲੈਵਲ ਤੇ ਪ੍ਰਚਾਰ ਕਰਨਾ ਚਾਹੀਦਾ। ਜਿਹੜੇ ਸਾਡੀ ਗੱਲ ਨਹੀਂ ਸੁਣ ਕੇ ਰਾਜ਼ੀ ਉਹਨਾਂ ਨੂੰ ਛੱਡ ਦੇਣਾ ਚਾਹੀਦਾ, ਜਿਹੜੇ ਅੱਗੇ ਜਿਹੜੇ ਹੈਗੇ ਨੇ ਜਿਹੜੇ ਸੁਣ ਸਕਦੇ ਜਿਹਨਾਂ ਨੂੰ ਧਰਮ ਦੀ ਲੋੜ ਹੈਗੀ ਹੈ ਉਹਨਾਂ ਨੂੰ ਅਪਰੋਚ ਕਰਨਾ ਚਾਹੀਦਾ ਹੁਣ ਤੇ। ਥੈਂਕ ਯੂ ਜੀ। ਹਾਂਜੀ ਹਾਂਜੀ, ਬਹੁਤ ਅੱਛਾ ਤੁਸੀਂ ਜਿਹੜੇ ਪੁਆਇੰਟ ਰੱਖੇ ਨੇ, ਮੈਂ ਇਹ ਦੋ ਪੁਆਇੰਟ ਤੇ ਬਿਲਕੁਲ ਹੀ ਜਿੱਥੇ ਵੀਰ ਜੀ ਕਿਰਪਾਲ ਸਿੰਘ ਉਹਨਾਂ ਦੇ ਬਾਰੇ ਤੁਸੀਂ ਗੱਲ ਕੀਤੀ, ਦਾਸ ਦੀ ਵੀ ਤੇ ਜ਼ਿੰਦਗੀ ਦੇ ਵਿੱਚ ਗਰੋਥ ਹੋਈ ਹੈ, ਜਿੱਥੇ ਸਿੱਖ ਸੰਪਰਦਾਵਾਂ ਦੇ ਨਾਲ ਸਿੱਖ ਮਿਸ਼ਨਰੀ ਕਾਲਜ ਦੀ ਦੇਣ ਖੰਡ ਕੀਰਤਨੀ ਜਥੇ ਦੀ ਬਾਣੀ ਨਾਲ ਪ੍ਰੇਮ ਦੀ ਦੇਣ ਕੀਰਤਨ ਦੇ ਵੱਲ ਚੁਕਾਹਾ, ਤੇ ਨਾਲ ਮੈਂ ਇਹ ਵੀ ਕਹਾਂਗਾ ਤੇ ਸੰਗਤ ਦੇ ਨਾਲ ਨਾਲ ਮੇਰੀ ਇੰਟਰਫੇਸ ਦੇ ਵਿੱਚ ਪਾਰਟਿਸਿਪੇਸ਼ਨ 86 ਤੋਂ ਹੋਈ, ਉਹਦੇ ਨਾਲ ਵੀ ਮੇਰੀ ਖੁਦ ਵੀ ਡਿਵੈਲਪਮੈਂਟ ਹੋਈ, ਕਿਉਂਕਿ ਉੱਥੇ ਜੋ ਤੁਸੀਂ ਆਪ ਵਿੱਚ ਹੀ ਸੁਣਨਾ ਹੈ, ਦੂਜਿਆਂ ਨੂੰ ਅੰਡਰਸਟੈਂਡ ਕਰਨਾ ਤੇ ਐਪਰੀਸ਼ੀਏਟਿੰਗ ਦਾ ਡਿਫਰੈਂਸਿਸ ਵੀ ਹੈ, ਐਟ ਦਾ ਸੇਮ ਟਾਈਮ ਜਿਹੜੀਆਂ ਨੇ ਜਿਹੜੀ ਸਾਡੀ ਸਾਂਝ ਵੀ ਹੈ,
ਉਹਦੇ ਤੇ ਦੂਜਿਆਂ ਨੂੰ ਜਿਹੜਾ ਚੁੱਕਣਾ ਉਹ ਵੀ। ਅਸੀਂ ਨਾ ਜੀ ਪ੍ਰੋਗਰਾਮ ਦੀ ਕਲੋਜ਼ਿੰਗ ਵਾਲੇ ਪਾਸੇ ਆ ਰਹੇ ਹਾਂ। ਮੈਂ ਇਹ ਕਹਿਣਾ ਚਾਹੁੰਦਾ ਬਿਫੋਰ ਆਈ ਕਮ ਟੂ ਸਰ ਮੇਘਰਾਜ ਸਿੰਘ ਜੀ ਫਾਰ ਦਾ ਲਾਸਟ ਵਰਡ, ਬਈ ਅਗਲੇ ਹਫਤੇ ਅਸੀਂ ਨਾ ਜਿਹੜੀ ਤੁਸੀਂ ਗੱਲ ਕੀਤੀ ਆ, ਮੈਂ ਚਾਹੁੰਦਾ ਪਬਲਿਸਿਟੀ ਦਾ ਵੀ ਬਹੁਤ ਸਾਨੂੰ ਬਹੁਤ ਹੱਥਾ ਸਾਡੇ ਮੀਡੀਆ ਦਾ ਜਿਹੜਾ ਹੈ ਸਾਡੀ ਬਹੁਤ ਵੱਡੀ ਕਮੀ ਹੈ। ਅਗਲੇ ਹਫਤੇ ਮੈਂ ਕਵਰ ਕਰਨਾ ਚਾਹੁੰਦਾ ਹੈ ਵੀ ਅਸੀਂ ਇਸ ਸੈਸ਼ਨ ਦੇ ਵਿੱਚ ਕਵਰ ਕਰਨਾ ਵੀ ਵਿਸਾਖੀ ਦੇ ਦੌਰਾਨ ਪਰੇਡਸ ਹੁੰਦੀਆਂ ਨੇ, ਨਗਰ ਕੀਰਤਨ ਹੁੰਦੇ ਨੇ, ਕੀਰਤਨ ਦਰਬਾਰ ਹੁੰਦੇ ਨੇ, ਬੜਾ ਕੁਛ ਹੁੰਦਾ। ਅਸੀਂ ਉਹਨਾਂ ਦੇ ਉੱਤੇ ਵਿਸਾਖੀ ਦੇ ਮੇਲੇ ਲੱਗਦੇ ਨੇ, ਅਸੀਂ ਉਹਨਾਂ ਉੱਤੇ ਝਾਤ ਮਾਰਨੀ ਹੈ ਵੀ ਉਹਨਾਂ ਦਾ ਭਾਈ ਸਾਡੇ ਜੀਵਨ ਦੇ ਵਿੱਚ ਕੀ ਇਹ ਜ਼ਰੂਰੀ ਨੇ, ਕੀ ਕੁਛ ਹੋ ਰਿਹਾ, ਕੀ ਹੋ ਰਿਹਾ ਦੇ ਨਾਂ ਥੱਲੇ ਕਿੰਨਾ ਪੈਸਾ, ਕਿੰਨੀਆਂ ਐਫਰਟ, ਕਿੰਨੀ ਟਾਈਮ, ਕਿੰਨੀ ਐਨਰਜੀ ਰਿਸੋਰਸ ਲੱਗ ਰਹੇ ਨੇ, ਉਹਦੇ 'ਤੇ ਵੀ ਅਸੀਂ ਵਿਚਾਰ ਕਰਾਂਗੇ ਅਗਲੇ ਹਫਤੇ। ਹਾਂਜੀ ਬਈ ਇਹਨਾਂ ਦਿਨਾਂ ਦੇ ਵਿੱਚ ਵਿਸਾਖੀ ਦੇ ਦੌਰਾਨ ਪਰੇਡ, ਨਗਰ ਕੀਰਤਨ, ਜੋੜ ਮੇਲੇ ਤੇ ਸਾਰੀਆਂ ਚੀਜ਼ਾਂ ਹੁੰਦੀਆਂ, ਉਹਨਾਂ ਨਾਲ ਕੀ ਅਸੀਂ ਸਿੱਖੀ ਦੇ ਵਿੱਚ ਪ੍ਰਫੁੱਲਤਾ ਆਉਂਦੀ ਆ, ਉਹਦੇ ਨਾਲ ਕੀ ਅਸੀਂ ਆਲੇ ਦੁਆਲੇ ਨੂੰ ਦੱਸਦੇ ਹਾਂ, ਨਹੀਂ ਦੱਸਦੇ ਕਿ ਆਪ ਹੀ ਇਹਨਾਂ ਵੰਡੇ ਰਿਓੜੀਆਂ ਮੁੜ ਮੁੜ ਆਪਣਿਆਂ ਨੂੰ ਤੇ ਖਾ ਪੀ ਕੇ ਘਰੇ ਚਲੇ ਜਾਂਦੇ ਹਾਂ, ਹੈਪੀ ਹੂਪਲਾ ਐਟਮੋਸਫੇਅਰ ਹੀ ਹੁੰਦਾ। ਪਲੀਜ਼ ਸੋਚ ਕੇ ਆਇਓ ਤੇ ਸਾਨੂੰ ਕੀ ਕਰਨ ਦੀ ਲੋੜ ਆ ਫਿਰ ਉਹਦੇ ਵਿੱਚੋਂ ਸਿੱਖ ਕੇ, ਜਿਹੜੇ ਤੁਸੀਂ ਅੱਜ ਦੋ ਪੁਆਇੰਟ ਲੈਂਦੇ ਆ ਦੇ ਵਿਲ ਬੀ ਡਿਸਕਸਡ ਇਨ ਡੀਟੇਲ ਨੈਕਸਟ ਵੀਕ। ਹਾਂਜੀ ਅੰਤ ਦੇ ਵਿੱਚ ਦਾ ਮੇਘਰਾਜ ਸਿੰਘ ਜੀ ਤੁਹਾਡੇ ਵੱਲ ਆਉਂਦੇ ਹਾਂ, ਤੁਸੀਂ ਕੀ ਕਹਿਣਾ ਚਾਹੋਗੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਖਾਲਸਾ ਵਾਹਿਗੁਰੂ ਜੀ। ਦਰਅਸਲ ਇਹ ਖਾਲਸੇ ਦੀ ਉਤਪਤੀ, ਮੈਂ ਪਹਿਲੇ ਕਵਿਤਾ ਲਿਖੀ ਬਹੁਤ ਬੜੀ, ਇਸ ਮੈਂ ਚਾਰ ਲਾਈਨ ਲਾਸਟ ਵਾਲੀ ਹੈ ਕਿ ਖਾਲਸੇ ਦੀ ਉਤਪਤੀ ਪੂਰੇ ਸੰਸਾਰ ਮੈਂ ਸੱਚਾਈ, ਇਮਾਨਦਾਰੀ, ਸਦਾਚਾਰੀ ਫੈਲਾਣੇ ਕੇ ਲੀਏ ਹੋਈ ਹੈ। ਖਾਲਸੇ ਦੀ ਉਤਪਤੀ ਇੱਕ ਗਰੀਬ ਇਨਸਾਨ ਵੀ ਬਾਦਸ਼ਾਹ ਬਣ ਸਕਤਾ ਹੈ, ਇਸ ਬਾਤ ਕੋ ਸੱਚ ਸਾਬਤ ਕਰਨੇ ਕੇ ਲੀਏ ਹੋਈ ਹੈ। ਖਾਲਸੇ ਕੀ ਉਤਪਤੀ ਬੇਗਮਪੁਰਾ ਰਾਜ, ਹਲੇਮੀ ਰਾਜ, ਸੱਚਾਈ ਕਾ ਰਾਜ, ਮਾਨਵਤਾ ਕਾ ਰਾਜ, ਅੱਛੇ ਇਨਸਾਨੋ ਕਾ ਰਾਜ ਪੈਦਾ ਕਰਨੇ ਕੇ ਲੀਏ ਹੋਈ ਹੈ। ਖਾਲਸੇ ਕੀ ਉਤਪਤੀ ਇਸ ਪੂਰੇ ਬ੍ਰਹਮਾਂਡ ਕਾ ਮਾਲਿਕ ਇੱਕ ਰੱਬ ਹੈ, ਦੂਸਰਾ ਹੋਰ ਕੋਈ ਨਹੀਂ ਹੈ, ਇੱਕ ਰੱਬ ਸਾਬਿਤ ਕਰਨੇ ਕੇ ਲੀਏ ਹੋਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਥੈਂਕ ਯੂ ਜੀ। ਆਖਰ ਦੇ ਵਿੱਚ ਮੈਂ ਇਹੀ ਕਹਾਂਗਾ, ਕਨਿੰਗਮ ਇੱਕ ਬੜਾ ਫੇਮਸ ਹਿਸਟੋਰੀਅਨ ਹੋਇਆ, ਸਿੱਖੀਜ਼ਮ ਦੇ ਕਿਤਾਬਾਂ ਵੀ ਲਿਖੀਆਂ, ਉਹ ਕਹਿੰਦਾ ਕਹਿੰਦਾ ਸਿੱਖਾਂ ਦੇ ਆਖਰੀ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਮੁਰਦਾ ਤੇ ਨਿਰਜਿੰਦ ਲੋਕਾਂ ਦੀਆਂ ਬੁਝੀਆਂ ਕਲਾਂ ਜਗਾ ਕੇ ਉਹਨਾਂ ਦੇ ਵਿੱਚ ਸਮਾਜਿਕ ਸੁਤੰਤਰਤਾ ਤੇ ਰਾਜਨੀਤਿਕ ਵਿਲੱਖਣਤਾ ਪੈਦਾ ਕਰਨ ਲਈ ਗੁਰੂ ਨਾਨਕ ਸਾਹਿਬ ਦੇ ਦੱਸੇ ਮਾਰਗ ਦੇ ਪਵਿੱਤਰ ਭਗਤੀ ਆਸ਼ੇ ਲਈ ਕਹਿੰਦਾ ਇੱਕ ਸਦੀਵੀ ਚਾਹ ਭਰਿਆ। ਆਹ ਜਿਹੜੀ ਖਾਲਸਾ ਸਪਿਰਿਟ ਆ ਨਾ, ਜਿਹੜਾ ਸਿੱਖੀ ਚਾਹ ਭਰਿਆ ਉਹਨੇ, ਇਹ ਸੀ। ਤੇ ਜਿਹਨੂੰ ਗੋਗਲ ਚੰਦ ਨਿਰੰਗ ਵੀ ਕਹਿੰਦਾ ਬਈ ਬੂਟਾ ਤਾਂ ਗੁਰੂ ਨਾਨਕ ਨੇ ਲਾਇਆ ਸੀ, ਹਾਂਜੀ, ਪਰ ਉੱਤੇ ਜਿਹੜੀ ਖਾਲਸੇ ਨੇ ਫੈਲਾਈ ਉਹ ਸ਼ਾਨ ਦੇ ਵਿੱਚ ਜਿਹੜਾ ਜਿਹੜੀ ਫਲਾਦ ਸੀ ਨਾ, ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪਾਈ ਤੇ ਉਹਦੇ ਵਿੱਚ ਅੱਠਾਂ ਗੁਰੂਆਂ ਨੇ ਆਪਦਾ ਆਪਦੀ ਬਾਣੀ ਦੇ ਦੁਆਰਾ, ਆਪਦੇ ਬਚਨਾਂ ਦੇ ਦੁਆਰਾ, ਜੀਵਨ ਦੇ ਵਿੱਚ ਉਪਦੇਸ਼ਾਂ ਦੇ ਦੁਆਰਾ ਉਹਨੂੰ ਸਿੰਜਿਆ ਤਾਂ ਕਿ ਜਿਹੜੀ ਪਾਣ ਹੈ ਇਹਦੇ ਉੱਤੇ ਪੂਰੀ ਚੜ੍ਹ ਸਕੇ। ਉਹ ਪਾਣ ਨੂੰ ਪੂਰੀ ਚੜ੍ਹਨ ਦੇ ਲਈ ਸਾਨੂੰ ਭਾਈ ਹਮੇਸ਼ਾ ਇਹੀ ਕਰਨਾ ਪੈਣਾ, ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ, ਪਿਓ ਦਾਦਿਆਂ ਦੀਆਂ, ਬਜ਼ੁਰਗਾਂ ਦੀਆਂ, ਬਾਬਿਆਂ ਦੀਆਂ, ਸਾਡੇ ਗੁਰੂ ਮਹਾਰਾਜਾਂ ਦੀਆਂ, ਗੁਰਮੁਖਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਅਸੀਂ ਕਰਦੇ ਹਾਂ ਨਾ ਜੀ, ਇਹ ਇਸੇ ਲਈ ਆ ਤਾਂ ਕਿ ਇਹ ਸਾਡੇ ਜੀਵਨ ਦੇ ਵਿੱਚ ਕਿਤੇ ਨਾ ਕਿਤੇ ਘਰ ਕਰਕੇ ਸਾਡੇ ਜੀਵਨ ਨੂੰ ਵੀ ਉਹ ਹੁਲਾਸ, ਉਹ ਆਨੰਦ, ਉਹ ਸੇਧ, ਉਹ ਜਿਹੜੀ ਵਿਵੇਕ ਬੁੱਧੀ ਬਖਸ਼ਣ, ਤਾਂ ਕਿ ਅਸੀਂ ਜੀਵਨ ਦੇ ਵਿੱਚ ਜੋ ਮਹਾਰਾਜ ਨੇ ਸਾਨੂੰ ਕਰਨ ਦੇ ਲਈ ਕਿਹਾ ਅਸੀਂ ਉਹ ਕਰ ਸਕੀਏ। ਜੀ ਸਾਰਿਆਂ ਦਾ ਅੰਤ ਦੇ ਵਿੱਚ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ, ਆਪ ਜੀ ਨੂੰ, ਤੇ ਤੁਸੀਂ ਆਪਦੇ ਬੜੇ ਕੀਮਤੀ ਸਮਾਂ ਕੱਢ ਕੇ ਅਨਮੋਲ ਵਿਚਾਰਾਂ ਨਾਲ ਤੁਸੀਂ ਸਾਂਝ ਪਾਈ ਹੈ।
ਸਤਿਗੁਰੂ ਸਭਨਾਂ ਦਾ ਭਲਾ ਕਰੇ ਜੀ। ਮਿਲਦੇ ਹਾਂ ਅਗਲੇ ਹਫ਼ਤੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।